ਸਤਿਗੁਰਾਂ ਨੇ ਬਹੁਤ ਬੜੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਇਸ ਨਗਰ ਨੂੰ ਇਸ ਇਲਾਕੇ ਨੂੰ ਜੋ ਕਿ ਅੱਜ ਦਾ ਗੁਰੂ ਸਾਹਿਬ ਨੇ ਬਹੁਤ ਸੁਹਾਗਣਾ ਸਮਾਂ ਬਹੁਤ ਸੁਭਾਗਾ ਸਮਾਂ ਬਹੁਤ ਕਰਮਾਂ ਵਾਲਾ ਸਮਾਂ ਬਖਸ਼ਿਆ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗ ਹੈ ਪਾਤਸ਼ਾਹ ਰਲ ਮਿਲ ਕਰਕੇ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਦਾ ਜੋ ਕਿ ਗੁਰਮਤ ਸਮਾਗਮ ਸਾਡੇ ਭਲੇ ਦੀ ਖਾਤਰ ਇਹ ਮਹਾਨ ਗੁਰਮਤ ਸਮਾਗਮ ਕੀਤਾ ਹੈ ਵੱਡੀ ਗਿਣਤੀ ਵਿੱਚ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਹਾਜ਼ਰੀਆਂ ਭਰ ਰਹੇ ਸੋ ਗੁਰੂ ਸਾਹਿਬ ਰਹਿਮਤ ਕਰਨ ਬਖਸ਼ਿਸ਼ ਕਰਨ ਕਿਰਪਾ ਕਰਨ ਜਿਤਨਾ ਕੁ ਸਮਾਂ ਸਤਿਗੁਰੂ ਆਪਾਂ ਨੂੰ ਬਖਸ਼ਦੇ ਆ ਆਪਾਂ ਪੂਰਾ ਪੂਰਾ ਲਾ ਲੈਣਾ ਇਹ ਨਹੀਂ ਕਿ ਜਿੰਨਾ ਕੁ ਟਾਈਮ ਹੁੰਦਾ ਹੈ ਆਪਣੇ ਕੋਲ ਜਿੰਨਾ ਕੁ ਸਮਾਂ ਹੁੰਦਾ ਹੈ ਆਪਾਂ ਉਨਾ ਕੀ ਲਾਹਾ ਲੈਣਾ ਉਨਾ ਕੀ ਸੁਣਨਾ ਹੈ ਦੁੱਗਣਾ ਲਾਹਾ ਲੈਣਾ ਦੁੱਗਣਾ ਜੋ ਇੱਥੋਂ ਆਪਾਂ ਸੁਣ ਰਹੇ ਹਾਂ ਨਾ ਸਰੋਤੇ ਉਹ ਮੈਂ ਦੇਖ ਰਿਹਾ ਜਿੰਨੀਆਂ ਸੰਗਤਾਂ ਬੈਠੀਆਂ ਨੇ ਸਭ ਸੁਣਨ ਵਾਲੀਆਂ ਵੀਰ ਬਜ਼ੁਰਗ ਭੈਣਾਂ ਮਾਵਾਂ ਇਹ ਬਹੁਤ ਵੱਡੀ ਗੱਲ ਹੈ ਕਿ ਜਿਵੇਂ ਆਪਾਂ ਕਹਿੰਦੇ ਹਾਂ ਨੌਜਵਾਨ ਵੀਰਾਂ ਨੂੰ ਦਾੜੀਆਂ ਰੱਖੋ ਕੇਸ ਰੱਖੋ ਕੇਸ ਕਤਲ ਨਾ ਕਰਾਓ ਦਾੜੀਆਂ ਕਤਲ ਨਾ ਕਰਾਓ ਅਤੇ ਜਦੋਂ ਆਪਾਂ ਸੋਚੀਏ ਕਿ ਮੇਰੇ ਜਿਹੜੇ ਨੌਜਵਾਨ ਵੀਰ ਨੇ ਉਹ ਵੀ ਸਤਿਸੰਗਤ ਆਉਂਦੇ ਆ ਅਤੇ ਜਿਉਂ ਜਿਉਂ ਸਤਿਸੰਗਤ ਕਰੀ ਜਾਣਗੇ ਤਿਰੰਗਾ ਵੀ ਲੱਗ ਜਾਣਾ ਸੋ ਮੈਂ ਬੇਨਤੀ ਕਰਾਂਗਾ ਸਤਿਸੰਗਤ ਕਦੀ ਨਾ ਛੱਡੋ ਗੁਰੂ ਜੀ ਦਾ ਪੱਲਾ ਆਪਾਂ ਫੜਨਾ ਹੈ ਗੁਰੂ ਜੀ ਦਾ ਪੱਲਾ ਨਹੀਂ ਛੱਡਣਾ ਗੁਰੂ ਜੀ ਦੀ ਬਾਣੀ ਨੂੰ ਨਹੀਂ ਛੱਡਣਾ ਸਤਿਸੰਗਤ ਨਹੀਂ ਛੱਡਣਾ ਸੋ ਇਹ ਕਰਦੇ ਰਹੋ ਹੌਲੀ ਹੌਲੀ ਫਿਰ ਆਪੀ ਮਨ ਬਣ ਜਾਣਾ ਕਿ ਕੇਸ ਰੱਖਣੇ ਦਾੜੀਆਂ ਰੱਖਣੀਆਂ ਨੇ ਇਹ ਬਹੁਤਾ ਜ਼ੋਰ ਨਹੀਂ ਕਿ ਹੁਣੀ ਕੇਸ ਰੱਖੋ ਮਨ ਬਣ ਜਾਣਾ ਪਰ ਗੁਰੂ ਦਾ ਪੱਲਾ ਨਾ ਛੱਡਿਓ ਆਪਾਂ ਨਗੁਰੇ ਨਹੀਂ ਹੋਣਾ ਆਪਾਂ ਗੁਰੂ ਵਾਲੇ ਬਣਨਾ ਹੈ ਇਹ ਨਹੀਂ ਵੀ ਜ਼ਿੰਦਗੀ ਲਗਾ ਦੇਣੀ ਹੈ ਅੰਮ੍ਰਿਤ ਜ਼ਰੂਰ ਛਕਣਾ ਬਾਣੇ ਬਾਣੀ ਨਾਲ ਆਪਾਂ ਜ਼ਰੂਰ ਜੁੜਨਾ ਇਹ ਬਹੁਤ ਵੱਡੀ ਗੱਲ ਹੈ ਸੋ ਭਾਗਾਂ ਵਾਲੇ ਆਪਾਂ ਸਾਰੇ ਜਦੋਂ ਵੀ ਬਾਣੀ ਦੀ ਗੱਲ ਆਵੇ ਜਦੋਂ ਵੀ ਸਤਿਗੁਰੂ ਜੀ ਦੀ ਬਾਣੀ ਆਵੇ ਤਾਂ ਸਾਨੂੰ ਚਾਅ ਹੋਵੇ ਬਾਣੀ ਸੁਣਨ ਦਾ ਸਾਨੂੰ ਚਾਹ ਹੋਵੇ ਬਾਣੀ ਪੜ੍ਹਨ ਦਾ ਸਤਿਸੰਗਤ ਕਰਨ ਦਾ ਕਿ ਬਾਣੀ ਪੜ੍ਹੀਏ ਬਾਣੀ ਸੁਣੀਏ ਭਾਵ ਕਹਿਣ ਦਾ ਵੀ ਜਦੋਂ ਬਾਣੀ ਦੀ ਗੱਲ ਆਵੇ ਸਾਡਾ ਮਨ ਉੱਠੇ ਸੁਣੇ ਵੀ ਬਾਣੀ ਤੋਂ ਦੂਰ ਦੂਰ ਨਾ ਭਜੀਏ ਬਾਣੀ ਤੋਂ ਦੂਰ ਦੂਰ ਪਰ ਅੱਜ ਜਿਵੇਂ ਮਾਫ ਕਰਨਾ ਗੁਰਮੁਖੋ ਇਹ ਅੱਜ ਸਾਡਾ ਹਾਲ ਹੈ ਕਿਉਂਕਿ ਜੇ ਇਹ ਗੱਲ ਸੱਚ ਹੈ ਤਾਂ ਮੈਂ ਤੁਹਾਡੇ ਚਰਣਾਂ ਵਿੱਚ ਇਹ ਤਾਂ ਬੇਨਤੀ ਕਰਨ ਲੱਗਾ ਬਹੁਤ ਵਾਰੀ ਕਰ ਲਿਆ ਅਤੇ ਹੁਣ ਵੀ ਕਰ ਲਿਆ ਜਦੋਂ ਵੀ ਕਿਉਂਕਿ ਜਿਹਨਾਂ ਦਾ ਮਨ ਹੀ ਨਹੀਂ ਹੁਣ ਜਪਜੀ ਸਾਹਿਬ ਸ਼ੁਰੂ ਨਹੀਂ ਹੁੰਦਾ ਰਹਿਰਾ ਸਾਹਿਬ ਸ਼ੁਰੂ ਨਹੀਂ ਹੁੰਦਾ ਭਾਵ ਕਹਿਣ ਦਾ ਵੀ ਹਜੇ ਪਾਠ ਸ਼ੁਰੂ ਨਹੀਂ ਹੋਇਆ ਮਨ ਵਿੱਚ ਫੁਰਨੇ ਪਹਿਲਾਂ ਹੀ ਆਉਣ ਲੱਗ ਜਾਂਦੇ ਕਿ ਸਮਾਪਤੀ ਕਦੋਂ ਵੀ ਜਪਜੀ ਸਾਹਿਬ ਹਜੇ ਸ਼ੁਰੂ ਨਹੀਂ ਹੋਇਆ ਰਹਿਰਾ ਸਾਹਿਬ ਦਾ ਪਾਠ ਹਜੇ ਸ਼ੁਰੂ ਨਹੀਂ ਹੋਇਆ ਅਸੀਂ ਪਹਿਲਾਂ ਹੀ ਸੋਚਣ ਲੱਗ ਜਾਂਦੇ ਹਾਂ ਕਿ ਸਮਾਪਤੀ ਕਦੋਂ ਹੋਏਗੀ ਸੰਪੂਰਨਤਾ ਕਦੋਂ ਹੋਊਗੀ ਹੁਣ ਇੱਥੇ ਵੀ ਸਤਿਸੰਗਤ ਵਿੱਚ ਵੇਖੀਦਾ ਹੈ ਹੁਣ ਆਪਾਂ ਘੜੀਆਂ ਵੇਖਣ ਲੱਗ ਜਾਂਦੇ ਹਾਂ ਹੁਣ ਰੱਬ ਦੇ ਜਿਹੜੇ ਪਿਆਰੇ ਨੇ ਜਿਹਨਾਂ ਨੂੰ ਨਾਮ ਦਾ ਰੰਗ ਲੱਗਿਆ ਹੋਇਆ ਹੈ ਉਹਨਾਂ ਨੂੰ ਤਾਂ ਭਾਵੇਂ ਅੱਧੀ ਰਾਤ ਤੱਕ ਬਿਠਾ ਕੇ ਅੱਧੀ ਰਾਤ ਤੱਕ ਉੱਠਦੇ ਨੇ ਇਹ ਜੁੜੇ ਰਹਿੰਦੇ ਇੱਕ ਵਾਰੀ ਜਦੋਂ ਬੰਦਾ ਜੁੜ ਜਾਏ
क्योंकि जो नाम गुरु जी का जो रोम रोम बिच बस जाए ना फिर छड़ना वा फिर गुरु नूं भुलनी उहदे नाम नूं भुलनी हुंदा। एक बारी जे हड्डां विच कोई भी चीज रह जाए कोई भी कई हूँ पैसे का शौक होंगे और जो वह चीज कोई भी हड्डा च रच जाए तो छड़नी बहुत औखी हो जाती। इस करके नाम नूं भी असी वसाई नाम नूं भी गुरु जी की बाणी नूं भी हड्डा विच रचाइए रोम रोम विच वसाइए ते तन उन्हां दा रोम रोम पवित्र होया रोम रोम पवित्र है। हड्डा विच रोम रोम विच परमेश्वर का नाम वसिया होया ते असी क्यों ना उन्हां तों बलिहारे जाइए कि भाई दिन रात ही गुण गाई जाते दिन रात गुण गाते ने दिन रात। हुण जदों असी आपां मैं पहलां जिवें बेनती करी घड़ियां वेखण लग जाने आपां ते अपनी घड़ी तो जो पता नहीं लगता टाइम का फिर दूजे नूं कह दिंदे तेरी घड़ी ते कितना टाइम हो गया। जो अपनी घड़ी ते विश्वास नहीं हुंदा फिर दूजे की वेख लैंदे आ जो टाइम फिर सेम हुंदा फिर विश्वास जो हुंदा हौसला जो फिर हुंदा ता करके घड़ियां ना वेख्या करो सभा ना वेख्या करो आ वेला कित्थे वार वार मिलना आ एक दिन तुर जाना इत्थों अंत वेले आके पछताउंदे आ बंदा बड़ा पछताता अंत वेले आके। हुण सोचिए हुण समझे ता करके बेनती करना बाणी तो दूर ना पुजो जिन्ना हो सके उहदे नाम का खजाना लुटो जिन्ना हो सके सतसंगत करो जिन्ना हो सके बाणी पढ़ो सुनो ते सुखी हो जाएंगे सुखा वाले हो जाएंगे आप बाहरों भी सुखी हो जाएंगे अंदरों भी सुखी हो जाएंगे बाहर भी आनंद ते अंदरों भी आनंद बाहरों ते आप ही सुखी सुख आ जाने अंदरों भी सुखी हो जाने अंदरों जो तो सुखी हो गए अंदरों बाहर ते बंदा आप ही सुखी हो जाता बाहर जो तो सुखी होता अंदरों सुखी नहीं होया बाहर का भी फिर आपको सुखी सुखा वाला उस बाहर ने सुख की करे जो अंदरों सुखी नहीं होया बाहर ने तमाम पदार्थ बाहर ले तमाम सुख भी की करे जो अंदर सुख नहीं बस अंदरों शांति नहीं जी हजे पई अंदर हजे आनंद नहीं पिया अंदर हजे रस्सी नहीं अंदर हजे शांति नहीं मन वो हजे डिगया ही नहीं मन तो इन्ना भुजदा जिवें तवी ते दाने भुजदे मन तो हजे शांत नहीं ना होया मन तो हजे ठंडा नहीं होया क्योंकि जिहड़ा वाहिगुरु का कूल नाम है कूल ठंडा वाहिगुरु का ठंडा नाम वह हजे हिरदे च नहीं वसिया भाव कहण का गुरबाणी पढ़ी नहीं गुरबाणी सुनी नहीं गुरबाणी नूं समझ के नहीं वेख्या गुरबाणी ते अमल नहीं वेख्या अमल करके नहीं वेख्या। वड्डी गल ते मैं हमेशा ही बेनती करना बाणी पढ़दे आ बाणी सुनदे आ बहुत चंगी गल है ये तो बंदा भागा वाला जिहड़ा बाणी पढ़न लग पिया बाणी सुनन लग पिया भाव कहण तां गुरबाणी ते आपां अमल भी करना है आपां जो पढ़दे उहदे ते अमल भी करीए अमल भी करिए किसे दी निंदा किसे दी ईरखा किसे नाल ईरखा ना करिए किसे दी निंदा ना करिए क्योंकि जो सतगुरु सानू समझा रहे हैं जो गुरबाणी सानू समझा रही है इस करके गुरु जी की मत नाल गुरु जी की बाणी नाल उहदी मत नाल आपां चलिए जो सतगुरु सानू कह रहे हैं ना उन्हां दे दसे मार्ग ते गुरु साहब के दसे राह से आप हूँ जो आप इस राह से तुरते हैं तो लोग कि कुछ कहते आप देखते दुनिया किन्नी निंदा कर दी दुनिया किन्नी ईरखा कर दी किन्नी ईरखा कर दी है दुनिया किन्नी निंदा जेड़े करते नहीं किंदे जेड़ी ईरखा नहीं ना करते उन्होंने भी कही जाते हैं किंदा करते उन्होंने भी कहते ईरखा कर जेड़े नहीं भी करते उन्होंने भी कह देंगे ने निंदा करते ईरखा करते हूँ जेड़े प्रेम वाले आ जेड़े प्यार वाले ने सुनते ने प्रेम वाले ने जेड़े प्रेम वाले ने प्यार हूँ तो
ਮਾਫ ਕਰਨਾ ਕਿ ਸਾਨੂੰ ਵੀ ਕਹਿੰਦੇ ਬਹੁਤ ਨਿੰਦਿਆ ਕਰਦੇ ਸੁਣਿਆ ਜਰਾ ਧਿਆਨ ਸਾਨੂੰ ਵੀ ਬਹੁਤ ਕਹਿੰਦੇ ਫੋਨਾਂ ਤੇ ਵੇਖੀਏ ਵਟਸਐਪਾਂ ਤੇ ਵੇਖੀਏ ਯੂਟਿਊਬ ਤੇ ਵੇਖੀਏ ਬਹੁਤ ਕੁਝ ਕਹਿੰਦੇ ਹੁਣ ਜਿਹੜੇ ਪ੍ਰੇਮ ਵਾਲੇ ਸੁਣਦੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਨਿੰਦਿਆ ਕਰਦੇ ਈਰਖਾ ਕਰਦੇ ਅਸੀਂ ਜੇ ਦੂਜਿਆਂ ਨੂੰ ਕਹਾਂਗੇ ਵੀ ਨਿੰਦਿਆ ਨਹੀਂ ਕਰਨੀ ਹੁਣ ਜੇ ਮੈਂ ਆਪ ਹੀ ਕਰੀ ਜਾਵਾਂਗਾ ਦੂਜਿਆਂ ਨੂੰ ਕਹਿਣ ਦਾ ਤਾਂ ਫਾਇਦਾ ਨਹੀਂ ਸਮਝਿਓ ਮੇਰੀ ਗੱਲ ਸਮਝਿਓ ਜੇ ਹੁਣ ਮੈਂ ਆਪ ਨਿੰਦਿਆ ਕਿਸੇ ਦੀ ਕਰਨਾ ਕਿਸੇ ਦੀ ਮੈਂ ਨਿੰਦਿਆ ਕਰਦਾ ਜੇ ਮੈਂ ਦੂਜਿਆਂ ਨੂੰ ਤੁਹਾਨੂੰ ਜੇ ਕਹਿੰਦਾ ਵੀ ਕਿਸੇ ਦੀ ਨਿੰਦਿਆ ਨਾ ਕਰੀਏ ਤੇ ਮੈਂ ਕਰੀ ਜਾਂਦਾ ਮੇਰਾ ਤੁਹਾਨੂੰ ਕਹਿਣ ਦਾ ਕੋਈ ਫਾਇਦਾ ਫਿਰ ਉਹ ਗੱਲ ਹੋ ਜਾਂਦੀ ਆ ਨਾ ਔਰੋਂ ਕੋ ਉਪਦੇਸ਼ ਦੇ ਮੁੱਖ ਮੈਂ ਪਰੈ ਦੇਤ ਵੀ ਦੂਜਿਆਂ ਨੂੰ ਸਮਝਾਉਂਦੇ ਆਪ ਜੇ ਮੈਂ ਕੁਝ ਨਹੀਂ ਸਮਝਿਆ ਤੁਹਾਨੂੰ ਸਮਝਾਉਣ ਦਾ ਮੇਰਾ ਕੋਈ ਫਾਇਦਾ ਨਹੀਂ ਮੇਰੇ ਸਮਝਾਉਣ ਦਾ ਮੇਰੇ ਕਹਿਣ ਦਾ ਜੇ ਮੈਂ ਆਪ ਨਿੰਦਿਆ ਕਰਾਂ ਜੇ ਮੈਂ ਆਪ ਨਿੰਦਿਆ ਕਰਨਾ ਤੇ ਤੁਹਾਨੂੰ ਸਮਝਾ ਰਿਹਾ ਨਿੰਦਿਆ ਕਿਉਂ ਕਰਨਾ ਈਰਖਾ ਆਪਾਂ ਕਿਉਂ ਕਰਨਾ ਇਸ ਕਰਕੇ ਦੁਨੀਆਂ ਬਹੁਤ ਕੁਝ ਕਹਿੰਦੀ ਨਿੰਦਿਆ ਕਰਦੇ ਨੇ ਈਰਖਾ ਕਰਦੇ ਪਰ ਰੱਬ ਨੂੰ ਮਿਲਣ ਦੇ ਰਾਹ ਤੇ ਤੁਰੇ ਆਪਾਂ ਤੇ ਤੁਰੀਏ ਵੀ ਲੱਤਾਂ ਲੋਕਾਂ ਨੇ ਬੜੀਆਂ ਖਿੱਚੜੀਆਂ ਨੇ ਪਰਵਾਹੀ ਨਾ ਕਰੀਏ ਕਿਸੇ ਵੱਲ ਨਾ ਵੇਖੀਏ ਭਾਵੇਂ ਦੁਨੀਆਂ ਜੋ ਮਰਜ਼ੀ ਕਹਿੰਦੀ ਰਹੇ ਲੋਕੀ ਭਾਵੇਂ ਜੋ ਮਰਜ਼ੀ ਕਹਿੰਦੇ ਰਹੇ ਪਰਵਾਹ ਨਾ ਤੁਰੀ ਚੱਲੋ ਗੁਰੂ ਸਾਹਿਬ ਦਾ ਥਾਬੜਾ ਨਾਲ ਹੈ ਜੇ ਇਸ ਰਾਹ ਤੇ ਤੁਰੇ ਹਾਂ ਤੇ ਗੁਰੂ ਸਾਹਿਬ ਨਾਲ ਹੈ ਸਾਡੇ ਸਤਿਗੁਰੂ ਗੁਰੂ ਜੀ ਦੀ ਬਾਣੀ ਉਹਦੇ ਦਿੱਤੇ ਜੇ ਆਪਾਂ ਅਮਲ ਕਰਨਾ ਆ ਉਹਦੇ ਰਾਹ ਤੇ ਜੇ ਆਪਾਂ ਤੁਰੇ ਹਾਂ ਸਮਝੋ ਗੁਰੂ ਸਾਹਿਬ ਜੀ ਸਾਡੇ ਨਾਲ ਨੇ ਗੁਰੂ ਸਾਹਿਬ ਜੀ ਸਾਡੇ ਅੰਗ ਸੰਗ ਨੇ ਮੈਂ ਬਹੁਤ ਵਾਰੀ ਬੇਨਤੀ ਕਰਨਾ ਦਿਨ ਹੋਵੇ ਰਾਤ ਹੋਵੇ ਠੰਡ ਹੋਵੇ ਗਰਮੀ ਹੋਵੇ ਕੋਈ ਮੌਸਮ ਕੋਈ ਟਾਈਮ ਹੋਵੇ ਕੋਈ ਸਮਾਂ ਹੋਵੇ ਜਿਹੜਾ ਰੱਬ ਨੂੰ ਯਾਦ ਕਰਦਾ ਹਮੇਸ਼ਾ ਹੀ ਰੱਬ ਜੀ ਉਹਦੇ ਨਾਲ ਹੀ ਸਤਿਗੁਰੂ ਜੀ ਉਹਦੇ ਨਾਲ ਹੀ ਹੁੰਦੇ ਨੇ ਹਮੇਸ਼ਾ ਨਾਲ ਹੁੰਦੇ ਆ ਇਸ ਕਰਕੇ ਪਰਵਾਹ ਨਾ ਕਰੋ ਬਾਣੀ ਪੜ੍ਹਨ ਤੱਕ ਅਮਲ ਬਾਣੀ ਪੜ੍ਹਨ ਤੱਕ ਮਤਲਬ ਰੱਖੀ ਕਿਸੇ ਦੀ ਗੱਲ ਵਿੱਚ ਨਾ ਆਓ ਕਿਸੇ ਦੀ ਗੱਲ ਵਿੱਚ ਨਾ ਆਓ ਆ ਬਾਣੀ ਪੜ੍ਹੀ ਚੱਲੀਏ ਸੁਣੀ ਜਾਈਏ ਸਤ ਸੰਗਤ ਕਰੀ ਜਾਈਏ ਇਹੀ ਅਸਲੀ ਜੀਵਨ ਹੈ ਇਹੀ ਜੀਵਨ ਹੈ ਨਾ ਅਸਲੀ ਜੇ ਹੁਣ ਨਿੰਦਿਆ ਕਰਾਂਗੇ ਈਰਖਾ ਕਰਾਂ ਉਹ ਕੋਈ ਜੀਵਨ ਨਹੀਂ ਜੇ ਗੁਰੂ ਜੀ ਦੀ ਬਾਣੀ ਦੇ ਨਾਲ ਆਪਾਂ ਜੀਵਨ ਬਤੀਤ ਕਰਾਂਗੇ ਇਹ ਜੀਵਨ ਹੈ ਗੁਰੂ ਜੀ ਦੀ ਬਾਣੀ ਸੁਣਾਂਗੇ ਪੜ੍ਹਾਂਗੇ ਸਤ ਸੰਗਤ ਕਰਾਂਗੇ ਅਸਲੀ ਜ਼ਿੰਦਗੀ ਬਹੁਤ ਵਾਰੀ ਆਪਾਂ ਆ ਸ਼ਬਦ ਗੁਰੂ ਸਾਹਿਬ ਜੀ ਦਾ ਪੜ੍ਹਦੇ ਹਾਂ ਨਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਨ ਨੂੰ ਬੁਝੀ ਜਿਉਂ ਜਿਉਂ ਸੁਣੀ ਜਾਵਾਂਗੇ ਜੇ ਪੜ੍ਹਿਆ ਨਹੀਂ ਜੇ ਸੁਣਿਆ ਨਹੀਂ ਅੰਦਰ ਤੇ ਵਸਣਾ ਨਹੀਂ ਜਿਉਂ ਜਿਉਂ ਸੁਣਾਂਗੇ ਉਹ ਵਸ ਜਾਣੇ ਅੰਦਰ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੂਆ ਕਹਿੰਦੇ ਜਿਉਂ ਜਿਉਂ ਸੁਣੀ ਗਿਆ ਤੇ ਸੁਣ ਕੇ ਪਰਮੇਸ਼ਰ ਦਾ ਨਾਮ ਉਹਨੇ ਮੰਨ ਲਿਆ ਤੇ ਅੰਦਰ ਵਸ ਗਿਆ ਤੇ ਅੰਦਰਲੀ ਫਿਰ ਅੱਗ ਵੀ ਬੁਝ ਗਈ ਅੰਦਰ ਪ੍ਰੇਮ ਪੈਦਾ ਅੰਦਰ ਪਿਆਰ ਪੈਦਾ ਅੰਦਰਲੀ ਤ੍ਰਿਸ਼ ਉਹ ਅੱਗ ਸੀ ਉਹ ਬੁਝ ਗਈ ਅੰਦਰਲੀ ਅੱਗ ਤੇ ਠੰਡ ਪੈਦਾ ਹੋ ਗਈ ਅੰਦਰ ਠੰਡ ਹੁਣ ਜਿਹੜੇ ਇੱਥੇ ਵੀ ਬੈਠੇ ਹੁੰਦੇ ਨੇ ਠੰਡ ਦਾ ਮੌਸਮ ਹੁੰਦਾ ਗਰਮੀ ਦਾ ਮੌਸਮ ਹੁੰਦਾ ਪਰ ਜੇ ਆਪਾਂ ਅੰਤਰ ਧਿਆਨ ਹੋ ਕੇ ਜੁੜੇ ਰਹੀਏ ਗਰਮੀ ਵੀ ਲੱਗਣੀ ਠੰਡ ਵੀ ਨਹੀਂ ਲੱਗਣੀ ਜੇ ਧਿਆਨ ਨਾਲ ਜੁੜ ਕੇ ਸੁਣੀਏ ਗੁਰੂ ਸਾਹਿਬ ਜੀ ਦੀ ਬਾਣੀ ਸਾਨੂੰ ਕੀ ਸਮਝਾ ਅਸਲੀ ਜ਼ਿੰਦਗੀ ਇਹ ਜਿਉਣੀ ਹੈ ਗੁਰੂ ਸਾਹਿਬ ਨਾਲ ਜੁੜੀਏ ਪਹਿਲਾਂ ਵੀ ਅਰਜ਼ ਕਰ ਚੁੱਕੇ ਹਾਂ ਸਮਾਂ ਨਾ ਵੇਖਿਆ ਕਰੋ ਟਾਈਮ ਨਾ ਵੇਖਿਆ ਕਰੋ ਸਮਾਪਤੀ ਕਦੋਂ ਹੋਊ ਸੰਪੂਰਨਤਾ ਕਦੋਂ ਹੋ ਉਹ ਭਾਈ ਬਾਣੀ ਨੇ ਤੇਰਾ ਭਲਾ ਬਾਣੀ ਜਦੋਂ ਸੁਣਦੇ ਤੇ ਟਾਈਮ ਕਿਉਂ ਵੇਖਦੇ ਬਾਣੀ ਜਦੋਂ ਪੜ੍ਹਨੀ ਸ਼ੁਰੂ ਕਰਨਾ ਹੈ ਤੇ ਪਹਿਲੇ ਤਾਂ ਘੜੀ ਵੇਖਣ ਲੱਗ ਜਾਂਦਾ ਹੈ ਵੀ ਸਮਾਪਤੀ ਕਦੋਂ ਹੋ ਤੇਰੇ ਅੰਦਰ ਖਿਆਲ ਆਉਣੇ ਸ਼ੁਰੂ ਹੋ ਗਏ ਸਮਾਪਤੀ ਕਦੋਂ ਹੋ ਭਾਵ ਕਹਿਣ ਦਾ ਵੀ ਹਜੇ ਪ੍ਰੇਮ ਹੀ ਨਹੀਂ ਹੋਇਆ ਉਹ ਅੰਦਰ ਤਾਂ ਨਹੀਂ ਹੋਈ ਹਜੇ
अंदर चा नहीं होया बाणी पढ़न दा, चा नहीं होया चा। इस करके ता वार वार बेनती करना, तन मन धन नाल सेवा करो, तन मन धन नाल सत संगत करो, प्रेम नाल सत संगत करो, प्यार नाल सुनो, समझो, मन सुनो जो गुरु साहब कहते अमल करो। गुरु साहब की जो पंक्ति है, गुरु साहब की बाणी से कभी भी शंका ना करो। धन गुरु गुरु ग्रंथ साहब महाराज, बाणी ये सच है, सच है, ये गुरु बाणी सच है। धन गुरु ग्रंथ साहब महाराज की बाणी सच है, जिन्हां दे अंदर वस जांदी ओह भी सच्चे हो जांदे ने। गज के आखो सतना श्री वाहिगुरु। जिन्हां दे अंदर बाणी वस जांदी है गुरमुखो, ओह भी सच्चे हो जांदे। ਹੁਣ ਆਪਾਂ ਉਹਨਾਂ ਨੂੰ ਝੂਠੇ ਥੋੜ੍ਹੀ ਕਹਿ ਸਕਦੇ ਹਾਂ, ਝੂਠੇ ਨਹੀਂ। ਜਿਨ੍ਹਾਂ ਦੇ ਬਾਣੀ ਅੰਦਰ ਵਸ ਗਈ ਉਹ ਵੀ ਪਵਿੱਤਰ ਹੋ ਗਏ, ਉਹ ਵੀ ਪਵਿੱਤਰ ਹੋ ਗਏ, ਉਹ ਵੀ ਸੱਚੇ ਹੋ ਗਏ। ਨਾਨਕ ਕੱਚੜਿਆਂ ਸੁਣ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਝੂਠੀਆਂ ਪ੍ਰੀਤਾਂ ਛੱਡ, ਵਹਿਮਾਂ ਭਰਮਾਂ ਵਿੱਚ ਨਾ ਫਸੀਏ, ਕੱਚਿਆਂ ਕੋਲੋਂ ਦੂਰ ਰਹੀਏ। ਬਾਣੇ ਬਾਣੀ ਨਾਲ ਜੋੜਦੇ ਆ, ਗੁਰੂ ਸਾਹਿਬ ਨਾਲ ਜੋੜਦੇ ਨੇ, ਉਹਨਾਂ ਦੇ ਨੇੜੇ ਜਾਓ, ਕੱਚਿਆਂ ਤੋਂ ਦੂਰ, ਕੱਚਿਆਂ ਤੋਂ ਦੂਰ। ਜਿਹੜੇ ਬਾਣੀ ਨਾਲੋਂ ਤੋੜਦੇ ਨੇ, ਗੁਰੂ ਸਾਹਿਬ ਨਾਲੋਂ ਤੋੜਦੇ ਨੇ, ਦੂਰ ਰਹੀਏ ਕੱਚਿਆਂ, ਕੱਚਿਆਂ ਦੇ ਨੇੜੇ ਨਾ ਜੇ, ਪੱਕਿਆਂ ਦੀ ਸੰਗਤ, ਸੱਚਿਆਂ ਸਾਧੂਆਂ ਮਹਾਂਪੁਰਸ਼ਾਂ ਦੀ ਸੰਗਤ ਕਰੋ, ਤਾਂ ਗੁਰੂ ਸਾਹਿਬ ਜੀ ਦੇ ਨਾਲ ਮੇਲ ਹੋ ਜਾਣਾ, ਪ੍ਰੇਮ ਆਪੀ ਆ ਜਾਣਾ ਅੰਦਰ। ਜਿਉਂ ਜਿਉਂ ਆਪਾਂ ਸੇਵਾ ਕਰਾਂਗੇ, ਜਿਉਂ ਜਿਉਂ ਸਤ ਸੰਗਤ ਕਰਾਂਗੇ, ਜਿਉਂ ਜਿਉਂ ਸੱਚਿਆਂ ਦੀ ਸੰਗਤ ਕਰਾਂਗੇ, ਗੁਰੂ ਸਾਹਿਬ ਦੇ ਚਾਕਰ ਬਣ ਕੇ, ਗੁਰੂ ਸਾਹਿਬ ਦੇ ਸੇਵਕ ਬਣ ਕੇ, ਤੇ ਜੀਵਨ ਬਦਲ ਜਾਣਾ, ਜ਼ਿੰਦਗੀ ਬਦਲ ਜਾਣੀ ਆ। ਸਵਾਏ ਰਹਿਮਤ ਕਰਨ ਗੁਰੂ ਸਾਹਿਬ ਸਾਡੇ ਤੇ, ਬਖਸ਼ਿਸ਼ ਕਰਨ, ਕਿਰਪਾ ਕਰਨ, ਨਾਮ ਨਾਲ ਜੁੜ ਜਾਈ, ਬਾਣੀ ਨਾਲ ਜੁੜ ਜਾਈ। ਸਤ ਸੰਗਤ ਗੁਰੂ ਸਾਹਿਬ ਦਾ ਪੱਲਾ ਹੈ, ਇਹ ਕਦੇ ਨਾ ਛੱਡੀ। ਬਹੁਤ ਵਾਰੀ ਆਪਾਂ ਧਾਰਨਾ ਪੜ੍ਹਦੇ ਹਾਂ, ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਜੇ ਚਾਹੁੰਦਾ ਹੈ, ਜੇ ਚਾਹੁੰਦਾ ਹੈ, ਫਿਰ ਸੇਵਾ ਕਰ, ਸਤ ਸੰਗਤ ਕਰ, ਪ੍ਰੇਮ ਆ ਜਾਣਾ, ਤੇ ਪ੍ਰੇਮ ਨਾਲ ਹੀ ਰੱਬ ਨੂੰ ਮਿਲਿਆ ਜਾਣਾ। ਸਿੱਧੇ ਜੀ ਨਹੀਂ ਮਿਲ ਸਕਦੇ ਰੱਬ ਨੂੰ, ਸੇਵਾ ਕਰਾਂਗੇ, ਸਤ ਸੰਗਤ ਕਰਾਂਗੇ, ਗੁਰੂ ਜੀ ਦੇ ਬਚਨਾਂ ਨੂੰ ਸੁਣਾਂਗੇ, ਪੜ੍ਹਾਂਗੇ, ਫਿਰ ਸਮਝ ਆ ਜਾਣੀ, ਮਤ ਆ ਜਾਣੀ, ਬੁੱਧ ਆ ਜਾਣੀ, ਪ੍ਰੇਮ ਆ ਜਾਣਾ, ਸਾਡੇ ਅੰਦਰ ਪਿਆਰ ਆ। ਸਿੱਖ ਗੱਲ ਵੇਖੀਏ, ਜਿਹੜੇ ਬਾਣੀ ਪੜ੍ਹਦੇ ਆ, ਜਿਹੜੇ ਬਾਣੀ ਵੀ ਪੜ੍ਹਦੇ ਨੇ ਨਾ, ਭਾਵ ਕਹਿਣ ਦਾ ਵੀ ਬਾਣੀ ਅੰਦਰੋਂ ਪੜ੍ਹੀਏ, ਉੱਤੋਂ ਉੱਤੋਂ ਬਾਣੀ ਪੜ੍ਹੀਏ ਨਾ, ਜੇ ਬਾਣੀ ਪੜ੍ਹਦੀ ਅੰਦਰੋਂ ਪੜ੍ਹੀ, ਅੰਦਰੋਂ ਬਰਾਗ ਲੱਗੇ, ਬਰਾਗ ਆਨੰਦ ਹੋਵੇ ਅੰਦਰ, ਅੰਮ੍ਰਿਤ ਪੀਵੇ, ਅੰਮ੍ਰਿਤ ਝਰੇ ਅੰਦਰੋਂ, ਭਾਵ ਕਿ ਅੰਦਰੋਂ ਬਾਣੀ ਪੜ੍ਹੀਏ, ਅੰਦਰੋਂ ਅੰਦਰੋਂ। ਹੁਣ ਜਿਵੇਂ ਆਪਾਂ ਵੇਖੀਦਾ ਨਾ, ਆਪਾਂ ਜਿਹੜੇ ਬਾਣੀ ਪੜ੍ਹਦੇ ਆ, ਉਹਨਾਂ ਦੇ ਮਨ ਵਿੱਚ ਵੀ ਆ ਜਾਂਦਾ ਕਿ ਫਲਾਣੇ ਨੇ ਤੇ, ਫਲਾਣੇ ਨੇ ਤੇ ਘਰ ਬਾਰ ਬਹੁਤ ਸੋਹਣਾ ਪਾ ਲਿਆ, ਕੋਠੀ ਤਕੜੀ ਪਾ ਲਈ, ਮਾਇਆ ਆ ਗਈ, ਗੱਡੀ ਤਕੜੀ ਲੈ ਲਈ, ਪੈਸੇ ਆ ਗਏ। ਬਾਣੀ ਪੜ੍ਹਨ ਵਾਲਿਆਂ ਦੇ ਵੀ ਮਨ ਵਿੱਚ ਇਹ ਗੱਲ ਆ ਜਾਂਦੀ, ਉਹਨਾਂ ਦੇ ਅੰਦਰ ਵੀ ਖਿਆਲ ਆ ਜਾਂਦੇ ਨੇ। ਪਰ ਜਿਵੇਂ ਬਾਣੀ ਪੜ੍ਹਨ ਵਾਲਿਆਂ ਗੁਰਸਿੱਖਾ, ਜਿਵੇਂ ਤੂੰ ਸੁੱਖ ਦੀ ਨੀਂਦ ਸੌਂਦਾ, ਉਵੇਂ ਉਹ ਨਹੀਂ ਸੌਂ ਸਕਦਾ। ਜਿਵੇਂ ਤੂੰ ਸੁੱਖ ਦੀ ਨੀਂਦ ਸੌਂਦਾ, ਉਵੇਂ ਨਹੀਂ ਸੌਂ ਸਕਦਾ। ਭਾਵੇਂ ਸਭ ਕੁਝ ਹੈ, ਅੰਦਰ ਨਾਮ ਨਹੀਂ, ਤੇ ਤੂੰ ਬਾਣੀ ਪੜ੍ਹਦਾ, ਬਾਣੀ ਤੂੰ ਵੀ ਸੁਣਦਾ, ਜੇ ਤੂੰ ਵੀ ਬਾਣੀ ਪੜ੍ਹਦਾ, ਸੁੱਖ ਦੀ ਨੀਂਦ ਤੂੰ ਸੌਂ ਰਿਹਾ, ਪਰ ਇਹ ਖਿਆਲ ਆਪਣੇ ਅੰਦਰ ਨਾ ਲੈ ਕੇ ਆਈਏ, ਇਹ ਫੁਰਨੇ ਆਪਣੇ ਅੰਦਰ ਨਾ ਲੈ ਕੇ ਆਈਏ, ਦੂਰੀ ਰੱਖੋ ਨਾ, ਅੰਦਰ ਨਾ ਲੈ ਕੇ, ਇਹ ਨਾ ਸੋਚਿਆ ਕਰੋ ਵੀ ਫਲਾਣਾ ਸੁੱਖ ਦੀ ਨੀਂਦ ਨਹੀਂ। ਰਸੋਈ ਭਰੀ ਹੋਈ ਹੈ ਖਾਣ ਦੇ ਨਾਲ, ਪਰ ਖਾਣ ਦਾ ਚੁੱਕਣ ਦਾ ਹੁਕਮ ਨਹੀਂ, ਹੁਕਮ ਨਹੀਂ, ਹੁਕਮ ਰਜਾਈ ਚੱਲਣਾ ਹੁਕਮ ਦੇ ਨਾਲ ਹੀ ਹੁੰਦਾ ਸਾਰਾ। ਬਾਣੀ ਪੜ੍ਹੀ ਪੜ੍ਹਦੇ ਪੜ੍ਹੀ ਚੱਲ, ਇਹੋ ਜਿਹੀਆਂ ਗੱਲਾਂ ਮਨ ਧਿਆਨ ਦਾ ਦੇ, ਇਹ ਨਾ ਸੋਚੀਏ ਜਿਵੇਂ ਸੁੱਖ ਦੀ ਨੀਂਦ ਤੂੰ ਸੌ ਰਹੇ ਹੋ, ਮੇਰੀ ਸੌ ਸਕਦੀ।
ਇੱਥੇ ਫੇਰ ਹੈ ਭਾਗਾਂ ਵਾਲੇ ਸਮਝੀ ਆਪਾਂ ਜਿਹੜੇ ਬਾਣੀ ਪੜ੍ਹਦੇ ਭਾਗਾਂ ਵਾਲੇ ਸਮਝੋ ਆਪਣੇ ਆਪ ਇਹ ਵੀ ਕਿਰਪਾ ਹੈ ਰਹਿਮਤ ਹੈ ਬਖਸ਼ਿਸ਼ ਹੈ ਜੁੜ ਜਾਈਏ ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ ਪ੍ਰੇਮ ਦੀਆਂ ਮਾਨਸ
प्रेम नाल बोलांगे, प्रेम नाल वेखांगे, प्रेम नाल सुरांगे, सुनांगे सुनांगे चंगा, वेखांगे चंगा, बोलांगे चंगा, कर्म भी चंगे करांगे। प्रेम नाल जे आपां बोलांगे ते अगला भी कहेगा भी कितनी जमल, अगला भी कहिंदा है भी प्रेम कहिंदा है नी लगदा बाणी इन्हें बाणी ते अमल कीता होया गला इदा है। फिर जदों अगला तैनू सुनदा है ना प्रेम नाल बोल रहे हो, अगले दा मन भी रोंगटे खड़े हो जाए, फिर ओदा मन भी करदा भी मैं किवें बोलना, इन्हें बड़ा मिठा बोल कितनी निम्र कितना प्रेम प्यार। अगला भी समझ जाता है कि मैं भी जे प्रेम नाल बोलांगा अगला अगला भी मैनू कहेगा भी बड़ा प्रेम है। प्रेम प्यार इहदे नाल ही पाया रब नूं भगतां, भगतां ने रब वस कीता पा के प्रेम डोरा रहिंदे ते मस्त दवाने नाम दियां छड़ियां तोड़ नहीं सकदा कोई, सच्चे प्रेम सच्चे प्यार नूं कोई तोड़ नहीं सकदा। साडा प्रेम गुरू साहिब दे जतन तों पै गया, साडा प्यार जतन तों पै गया बाणी नाल, साडे इह प्रेम नूं कोई तोड़ नहीं सकदा। जतन तों पै गया प्रेम कोई तोड़ नहीं सकदा, ते फिर की होएगा प्रेम नाल पा लिया रब नूं, प्यार नाल रब नूं मिल गया ते फिर की होएगा, ए होएगा ए की बन प्रीतम तेरे दिल ते तू है, बन प्रीतम तेरे दिल दे बू, बन प्रीतम तेरे दिल ते दर्श दिखावेगा, दर्श दर्शन किवें सेवा कीती सतसंगत कीती प्रेम आ सुनियो जरा प्यार, प्रेम आ गया प्रेम नाल प्यार नाल रब जी नूं पा लिया, रब जी नूं वेख लिया, रब जी नूं पा लिया, जितण तों मिल गया रब नूं, ते हर पासे रब हर पासे परमेश्वर वसदा ना, जिन्हें रब नू पा लिया हर पासे रब नू वेखेगा, हर पासे रब दे दर्शन करेगा, हर पासे रब दे जिधर वेखेगा दर्शन रब दे करेगा, जिदे विच वेखेगा रब वेखेगा। प्रेम नाल वेखो की नहीं हो सकता प्यार नाल, प्रेम नाल प्यार नाल पहला बेनती कर चुके, इहदे नाल ही उहनां ने रब पाया, रब इहदे नाल ही मिले, रब ईरखा नाल नहीं मिलदा, रब निंदिया नाल नहीं मिलदा, रब चुगली नाल नहीं मिलदा, रब काम क्रोध लोभ मोह अहंकार दे नाल नहीं रब मिलदा है। ते गुरबाणी विच दर्ज है, आपां पढ़िया सात तहों सुन ले हो समय,
ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਉਹ ਮਿਲ ਜਾ ਮੇਰਾ ਮਿਲ ਜਾ, ਮਿਲਣਾ ਸੌਖਾ ਹੋ ਜਾਣਾ ਰੱਬ ਨਾਲ। ਇਹ ਜਿੱਦਣ ਤੋਂ ਇਹ ਗੱਲ ਪਕੜ ਵਿੱਚ ਆ ਗਈ ਸਰ, ਇਹ ਗੱਲ ਸੁਣ ਗਈ ਸਮਝ ਗਈ, ਇਹ ਗੱਲ ਇੱਥੇ ਵਾਲੀ ਨਹੀਂ ਨਾ, ਜਿੱਦਣ ਤੋਂ ਅੰਦਰ ਵੱਸ ਗਈ ਕਿ ਅੱਛਾ ਪ੍ਰੇਮ ਨਾਲ ਰੱਬ ਨੂੰ ਮਿਲਿਆ ਜਾਣਾ। ਮਿਲ ਜਾਣਾ ਰੱਬ, ਮਿਲ ਜਾਣਾ ਪਰਮੇਸ਼ਰ, ਬਸ ਆਹ ਗੱਲ 'ਤੇ ਅਮਲ ਕਰ, ਅਮਲ ਇਸ ਗੱਲ 'ਤੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵਸ ਵਿੱਚ ਕਰ ਲੈ, ਇਹਨਾਂ ਦੇ ਵਸ ਵਿੱਚ ਹੋ ਗਏ ਹਾਂ ਆਪਾਂ ਨਾ, ਇਹਨਾਂ ਪੰਜਾਂ ਚੋਰਾਂ ਦੇ ਵਸ ਵਿੱਚ ਆਪਾਂ ਹੋਏ ਹਾਂ। ਪਰ ਗੁਰੂ ਸਾਹਿਬ ਦੇ ਕਹਿੰਦੇ ਵਸ ਵੀ ਨਹੀਂ ਨਾ ਉਹ ਗੱਲ, ਪਰ ਆਪਾਂ ਹੋ ਗਏ ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਵਿੱਚ। ਨਾ ਭਾਈ ਇਹ ਛੱਡੀਏ, ਇਹਨਾਂ ਨੂੰ ਆਪਣੇ ਵਸ ਵਿੱਚ ਕਰੀਏ। ਪ੍ਰੇਮ ਦੀਆਂ ਪਾਲੇ, ਪ੍ਰੇਮ ਦੀਆਂ ਡੋਰੀਆਂ ਪਾ, ਪ੍ਰੇਮ ਪਿਆਰ ਇਹਦੇ ਨਾਲ ਮਿਲਿਆ ਤੇ ਮਿਲ ਜਾਣਾ ਪਰਮੇਸ਼ਰ ਵਾਹਿਗੁਰੂ। ਪਿਆਰ ਨਾਲ ਉਹਨੇ ਮਿਲ ਜਾਣਾ, ਪ੍ਰੇਮ ਨਾਲ ਮਿਲ ਜਾਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਜਾਣਾ, ਇਹਨਾਂ ਦੇ ਨਾਮ ਵਾਸ ਵਿੱਚ ਹੋ ਜਾਏ। ਆਪਣੇ ਆਪ ਨੂੰ ਆਪਾਂ ਸਮਝਾਉਣਾ ਕਿ ਮਨਾ ਇਹਨਾਂ ਪੰਜਾਂ ਦੁਸ਼ਟਾਂ ਦੇ ਵਸ ਵਿੱਚ ਨਾ ਪਈਏ। ਜੇ ਸਾਰੀ ਜ਼ਿੰਦਗੀ ਤੂੰ ਐਵੇਂ ਹੀ ਲਗਾ ਦਿੱਤੀ ਨੇ ਇਹਨਾਂ ਦੇ ਵਸ ਵਿੱਚ ਹੋ ਗਏ, ਆਪਣੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੱਖ ਕੇ ਹੀ ਜੇ ਜ਼ਿੰਦਗੀ ਲਗਾ ਦਿੱਤੀ ਨਾ, ਫਿਰ ਇੱਥੇ ਆਉਣ ਦਾ ਵੀ ਕੀ ਫਾਇਦਾ। ਇਸ ਦੁਨੀਆਂ 'ਤੇ ਆਇਆ ਖੱਟਿਆ ਗਿਆ, ਗੁਰੂ ਸਾਹਿਬ ਨੇ ਸਮਝਾਇਆ ਕੁਛ ਹੋਰ, ਪਰ ਸਮਝ ਕੁਝ ਹੋਰ ਬੈਠਾ, ਸਮਝ ਕੁਝ ਹੋਰ ਬੈਠਾ, ਸਮਝਾਇਆ ਕੁਝ ਹੋਰ। ਇਹਨੂੰ ਭੁਲਾਤਾ ਤੂੰ ਸੱਚ ਸੰਗਤ ਨੂੰ, ਭੁਲਾ ਬਾਣੀ ਨੂੰ, ਭੁਲਾਤਾ ਤੂੰ ਬਾਣੀ ਨੂੰ, ਭੁੱਲ ਗਿਆ, ਭੁੱਲ ਗਿਆ ਤੂੰ ਗੁਰੂ ਸਾਹਿਬ ਦੇ ਬਚਨਾਂ ਨੂੰ, ਭੁੱਲ ਗਿਆ ਗੁਰੂ ਸਾਹਿਬ ਦੇ ਪਰਉਪਕਾਰਾਂ ਨੂੰ, ਭੁੱਲ ਗਿਆ ਅਬਿਰਥਾ ਹੀ ਲੰਘਾਤਾ ਸਾਰਾ ਜੀਵਨ ਮਹਿਮਾ ਪਰਮਾਤਮਾ। ਅਸੀਂ ਗੁਰੂ ਨੂੰ ਨਹੀਂ ਮੰਨਦੇ, ਬੇਮੁਖ ਨੇ ਨਾ ਕਈ ਜਿਹੜੇ ਮੰਨਦੇ ਨਹੀਂ ਗੁਰੂ, ਥਾਂ ਥਾਂ 'ਤੇ ਧੱਕੇ ਖਾਂਦੇ ਫਿਰਦੇ, ਦਰ ਦਰ 'ਤੇ ਭੜਕਦੇ ਫਿਰਦੇ ਨੇ, ਚੋਟਾਂ ਖਾਂਦੇ ਫਿਰਦੇ ਨੇ। ਜਿਹੜੇ ਗੁਰੂ ਨੂੰ ਨਹੀਂ, ਗੁਰੂ ਨੂੰ ਨਹੀਂ ਮੰਨਦੇ ਉਹਨਾਂ ਦਾ ਹਾਲ ਵੀ ਵੇਖੋ ਫਿਰ ਕੀ ਹੁੰਦਾ, ਹਾਲ ਵੀ ਕੀ ਹੁੰਦਾ। ਜਿਹੜੇ ਧੋਣਾ ਨਹੀਂ ਚੁਕਾਉਂਦੇ, ਸਿਰ ਨਹੀਂ ਚੁਕਾਉਂਦੇ ਵੀ ਅਸੀਂ ਤਾਂ ਮੰਨਦੇ ਹੀ ਨਹੀਂ, ਅਸੀਂ ਵਾਹਿਗੁਰੂ ਨੂੰ ਨਹੀਂ ਮੰਨਦੇ, ਰੱਬ ਤੇ ਵੈਰੀ ਹੈ ਸਾਡੇ। ਜਿਹੋ ਜਿਹੇ ਬੰਦੇ ਨੇ ਕਰਮ ਕਰਨੇ ਨੇ ਫਲ ਤੇ ਮਿਲਣਾ ਹੀ ਹੈ, ਉਹਨੂੰ ਜਦੋਂ ਫਲ ਮਿਲ ਜਾਂਦਾ ਹੈ ਉਹ ਫਿਰ ਇੱਦਾਂ ਹੀ ਕਹਿੰਦੇ ਵੀ ਰੱਬ ਵੈਰੀ ਹੈ। ਕਰਮ ਤੇ ਅਸੀਂ ਆਪ ਕਰਨੇ ਆ, ਗੱਲ ਸੋਚਣ ਵਾਲੀ ਨਹੀਂ ਵੀ ਕਰਮ ਅਸੀਂ ਆਪ ਕਰਨੇ ਆ ਮਾੜੇ, ਤੇ ਦੋਸ਼ ਦੋਸ਼ੀ ਰੱਬ ਨੂੰ ਬਣਾ ਦਿੰਦੇ ਆ, ਵੈਰੀ ਆਪਾਂ ਗੁਰੂ ਸਾਹਿਬ ਨੂੰ ਬਣਾ ਦਿੰਦੇ ਕਿ ਆਹ ਰੱਬ ਨੇ ਸਾਡੇ ਨਾਲ। ਉਹ ਬੰਦੇ ਆ ਗੁਰੂ ਸਾਹਿਬ ਦੇ ਤੇਰਾ ਭਲਾ ਕਰਦੇ ਨੇ, ਗੁਰੂ ਸਾਹਿਬ ਦੇ ਤੈਨੂੰ ਮਾੜੇ ਕੰਮਾਂ ਤੋਂ ਬਚਾ ਰਹੇ, ਗੁਰੂ ਸਾਹਿਬ ਦੇ ਤੇਰੇ ਤੇ ਬਖਸ਼ਿਸ਼ ਕਰ, ਤੇਰੇ ਤੇ ਹੁਣ ਵੀ ਰਹਿਮਤ ਕਰ ਰਹੇ ਨੇ, ਹੁਣ ਵੀ ਤੇਰਾ ਭਲਾ ਕਰਦੇ ਆ, ਤੇ ਵਿੱਚ ਕਿੱਥੇ ਸਮਝ ਤੂੰ ਨਹੀਂ ਨਾ ਸਮਝਦਾ, ਤੇ ਗੁਰੂ ਨੂੰ ਦੋਸ਼ੀ ਬਣਾਈ ਜਾਂਦਾ। ਸੱਚੀ ਭਗਤ ਕਬੀਰ ਸਾਹਿਬਾਂ ਸੱਚੀ ਕਹੀ, ਕਬੀਰ ਸੱਚਾ ਸਤਿਗੁਰ ਕਿਆ ਕਰੇ, ਬਹੁਤ ਵਾਰੀ ਪੜ੍ਹਦੇ ਆ ਨਾ, ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮਹਿਚੂਕ। ਉਹ ਤੇ ਕਮੀ ਸਾਡੇ ਵਿੱਚ ਹੈ ਪਿਆਰੇ, ਸਾਡੇ ਵਿੱਚ ਹੀ ਚੂਕ ਹੈ, ਘਾਟ ਹੈ ਸਾਡੇ ਵਿੱਚ, ਪਰ ਅਸੀਂ ਦੋਸ਼ੀ ਰੱਬ ਨੂੰ ਬਣਾਈ ਜਾਂਦੇ। ਇਹ ਤੇ ਸਾਡੇ ਕਰਮਾਂ ਦਾ ਫਲ, ਰੱਬ ਨੂੰ ਦੋਸ਼ ਨਾ ਦੇ।
ਜਿਹੋ ਜਿਹਾ ਵੱਢ ਰਹੇ ਹਾਂ, ਜਿਹੋ ਜਿਹਾ ਬੀਜ ਰਹੇ ਹਾਂ, ਫਲ ਤੈਨੂੰ ਮਿਲਣ। ਇਸ ਕਰਕੇ ਤਾਂ ਵਾਰ ਵਾਰ ਬੇਨਤੀ ਕੀਤੀ ਜਾਂਦੀ ਹੈ ਤੁਹਾਡੇ ਚਰਨਾਂ ਵਿੱਚ, ਤਾਂ ਸਾਨੂੰ ਗੁਰੂ ਸਾਹਿਬ ਇਹ ਸਮਝਾ ਰਹੇ ਨੇ। ਜਿਨ੍ਹਾਂ ਨੇ ਸਮਝਿਆ ਉਹ ਤਰ ਗਏ, ਪਰ ਜਿਨ੍ਹਾਂ ਨੇ ਲਾਹਾ ਨਹੀਂ ਲਿਆ, ਜਿਨ੍ਹਾਂ ਨੇ ਇਸ ਗੱਲ ਨੂੰ ਨਹੀਂ ਮੰਨਿਆ, ਫੋਲੋ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਫੋਲੋ ਨਹੀਂ ਕੀਤਾ, ਜਿਨ੍ਹਾਂ ਨੇ ਮੰਨਿਆ ਨਹੀਂ, ਸੁਣਿਆ ਨਹੀਂ ਗੁਰੂ ਜੀ ਦਾ ਵਚਨ, ਪੜਿਆ ਨਹੀਂ, ਉਹ ਤੇ ਫਿਰ ਡੁੱਬੀ ਜਾਂਦੇ ਨੇ। ਜਿਨ੍ਹਾਂ ਨੇ ਇਹਨਾਂ ਗੱਲਾਂ 'ਤੇ ਅਮਲ ਨਹੀਂ ਕੀਤਾ, ਫਿਰ ਸਾਰੀ ਜ਼ਿੰਦਗੀ ਮਾੜਾ ਵੇਖੀ ਗਏ। ਇਹਨਾਂ ਗੱਲਾਂ ਤੋਂ ਬਚਣਾ ਹੈ, ਮੈਨੂੰ ਮਾਫ਼ ਕਰਿਓ, ਇਹਨਾਂ ਗੱਲਾਂ ਤੋਂ ਬਚਣਾ ਹੈ ਆਪਾਂ। ਹਮੇਸ਼ਾ ਹੀ ਇਹ ਗੱਲ ਯਾਦ ਰੱਖਿਆ ਕਰੋ, ਮਾੜਾ ਤੱਕੀਏ ਨਾ, ਮਾੜਾ ਵੇਖੀਏ ਨਾ, ਮਾੜਾ ਸੁਣੀਏ ਨਾ, ਮਾੜਾ ਬੋਲੀਏ ਨਾ। ਜਿੱਦਣ ਤੋਂ ਚੰਗਾ ਬੋਲਾਂਗੇ, ਚੰਗਾ ਸੁਣਾਂਗੇ, ਚੰਗਾ ਵੇਖਾਂਗੇ, ਅਤੇ ਖਿਆਲ ਵੀ ਫਿਰ ਚੰਗੇ ਹੋਣਗੇ। ਅੰਦਰ ਜਿਹੜੇ ਫੁਰਨੇ ਆਉਂਦੇ ਉਹ ਵੀ ਚੰਗੇ ਹੋਣਗੇ, ਉਹ ਫਿਰ ਮਾੜੇ ਨਹੀਂ ਹੁੰਦੇ, ਮਾੜੇ ਫੁਰਨੇ ਨਹੀਂ ਹੁੰਦੇ। ਪੈਸਾ ਲਾਉਣਾ, ਮਾਇਆ ਆਪਾਂ ਕਿੰਨੀ ਖਰਚ ਦਿੰਦੇ ਹਾਂ, ਪੈਸੇ ਆਪਾਂ ਕਿੰਨੇ ਖਰਚ ਦਿੰਦੇ ਹਾਂ। ਪੈਸਾ ਲਾਉਣਾ, ਮਾਇਆ ਖਰਚਣੀ ਹੈ, ਅਤੇ ਕਿਸੇ ਚੰਗੀ ਥਾਂ 'ਤੇ ਖਰਚੀਏ। ਪੈਸਾ ਖਰਚਣਾ ਚੰਗੀ ਥਾਂ 'ਤੇ ਖਰਚੀਏ, ਮਾਇਆ ਖਰਚਣੀ ਹੈ, ਲਾਉਣੀ ਹੈ ਮਾਇਆ ਕਿਸੇ ਚੰਗੀ ਥਾਂ 'ਤੇ। ਦਸਵੰਧ ਵੀ ਕੱਢਿਆ ਕਰੋ, ਇਹ ਜ਼ਰੂਰੀ ਹੈ। ਆਪਣੀ ਕਮਾਈ ਵਿੱਚੋਂ ਦਸਵੰਧ ਕੱਢਣਾ ਇਹ ਬਹੁਤ ਜ਼ਰੂਰੀ ਹੈ। ਭਾਵੇਂ ਜਿੰਨਾ ਹੋ ਸਕੇ ਗੁਰੂ ਦੇ ਕੋਲ, ਗੁਰੂ ਦੇ ਲੇਖ, ਭਾਵੇਂ 5 ਕੱਢੋ, ਭਾਵੇਂ 10 ਕੱਢੋ, ਭਾਵੇਂ 50, ਇਹ ਤੁਹਾਡੀ ਸ਼ਰਧਾ ਹੈ, ਪਰ ਗੁਰੂ ਜੀ ਲਈ ਦਸਵੰਧ ਕੱਢਿਆ। ਆਪਣੀ ਕਮਾਈ 'ਚੋਂ ਜਿੰਨਾ ਹੋ ਸਕੇ ਕੱਢਿਆ ਕਰੋ ਦਸਵੰਧ, ਫਿਰ ਕੀ ਹੋਏਗਾ। ਹੁਣ ਜਿਵੇਂ ਆਪਾਂ ਵੀ ਸੋਚਣ ਲੱਗ ਜਾਂਦੇ ਹਾਂ ਵੀ ਦਸਵੰਧ ਕੱਢਾਂਗੇ, ਹੋਏਗਾ ਕੀ? ਇਹ ਤੇ ਸੱਚ ਹੈ ਵੀ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਏ। ਕੀ ਕਿਹਾ ਜੀ? ਤੋਟ ਨਾ ਆਵੇ, ਫਿਰ ਵੱਧਦਾ ਹੀ ਜਾਣਾ, ਕੰਮ ਘਟਣਾ ਨਹੀਂ, ਵੱਧਦਾ ਹੀ ਜਾਣਾ, ਚੰਗੇ ਥਾਂ 'ਤੇ ਮਾਇਆ ਖਰ। ਇਸ ਕਰਕੇ ਇਹ ਜਿਹੜੇ ਗੁਰੂ ਸਾਹਿਬ ਦੇ ਬਚਨ ਹਨ, ਜੋ ਸਾਡੀ ਮਰਿਆਦਾ ਹੈ, ਉਹਦੇ 'ਤੇ ਆਪਾਂ ਉਹਨੂੰ ਆਪਾਂ ਮੰਨੀਏ। ਚੰਗੇ ਕੰਮ ਕਰਨੇ, ਚੰਗਾ ਸੁਣਨਾ, ਸਾਦਾ ਖਾਣਾ, ਸਾਦਾ ਪਹਿਨਣਾ, ਸਾਦੇ ਕਾਰਜ ਵਿਹਾਰ ਕਰਨੇ, ਇਹ ਸਾਡੀ ਮਰਿਆਦਾ, ਅਤੇ ਆਪਾਂ ਉਹਨੂੰ ਮੰਨੀਏ। ਸੋ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਅਤੇ ਬਖਸ਼ਿਸ਼ ਕਰਨ ਗੁਰੂ ਸਾਹਿਬ। ਅਰਦਾਸ ਕਰੋ, ਬੇਨਤੀ ਕਰੋ, ਜੋਦੜੀ ਕਰੋ ਗੁਰੂ ਸਾਹਿਬ, ਇਹੀ ਨੇ ਸਾਡੇ ਸਾਧਨ, ਇਹੀ ਸਾਡੇ ਨਾਲ ਖੜਦੇ। ਸਤਿਗੁਰੂ ਦੀ ਬਾਣੀ ਸਾਡੇ ਕੰਮ, ਔਖੇ ਵੇਲੇ ਗੁਰੂ ਸਾਹਿਬ ਖੜ੍ਹਦੇ, ਬਾਣੀ ਔਖੇ ਵੇਲੇ ਖੜ੍ਹਦੀ ਹੈ ਸਾਡੇ ਨਾਲ। ਮਿੱਤਰ ਵੇਲੀ ਐਂ ਭਰਾ ਹੋ ਜਾਂਦੇ ਨੇ ਵੀ ਕੌਣ ਖੜੇ। ਰਿਸ਼ਤੇਦਾਰ, ਕਰੀਬੀ ਬੰਦੇ, ਮੈਂ ਬਹੁਤ ਵਾਰੀ ਬੇਨਤੀ ਕਰਨਾ, ਕਰੀਬੀ ਬੰਦੇ ਵੀ ਕੰਧ ਕਰ ਜਾਂਦੇ ਆ ਗੁਰੂ ਹੋ, ਕਰੀਬੀ ਬੰਦੇ ਵੀ ਦੂਰ ਹੋ ਜਾਂਦੇ ਨੇ, ਕਰੀਬੀ ਕਰੀਬ ਹੁੰਦੇ ਨੇ ਜਿਹੜੇ, ਮਿੱਤਰ ਮੇਲੀ ਰਿਸ਼ਤੇਦਾਰ ਸਾਰੇ, ਪਰ ਗੁਰੂ ਸਾਹਿਬ ਤਾਂ ਜਿੱਦਣ ਤੋਂ ਬਣ ਗਿਆ ਸਤਿਗੁਰੂ ਤੇਰੇ ਨਾਲ, ਹਮੇਸ਼ਾ ਹੀ ਤੇਰੇ ਨਾਲ। ਪਰ ਗੱਲ ਗੁਰੂ ਸਾਹਿਬ ਦਾ ਬਣ ਜਾ, ਇਹ ਗੱਲ, ਇਹ ਘਾਟ, ਇਹ ਕਮੀ ਹੈ ਗੁਰੂ ਸਾਹਿਬ ਦਾ ਬਣ, ਭੁੱਲ ਨਾਲ, ਵਿਸਾਰ ਨਾਲ, ਭੁੱਲ ਜਾ ਕੱਚਿਆਂ ਦਾ ਸੰਗ ਕਰਨਾ, ਪਰ ਇਹ ਯਾਦ ਰੱਖ ਕਿ ਸੱਚਿਆਂ ਦਾ ਸੰਗ ਕਰਨਾ ਕਦੀ ਨਹੀਂ ਛੱਡ। ਸਤਿਗੁਰੂ ਜੀ ਦਾ ਸੇਵਾਦਾਰ ਬਣ ਕੇ ਸੇਵਾ ਕਰਨੀ, ਸਤਸੰਗਤ ਕਰਨੀ, ਸੱਚਿਆਂ ਦਾ ਸੰਗ ਕਰਨਾ, ਮੈਂ ਇਹਦੇ 'ਤੇ ਆਪਾਂ ਅਮਲ ਕਰੀਏ। ਦਿਨ ਰਾਤ ਦੀ ਸਮਾਧੀ ਲੱਗ ਜਾਣੀ ਜਿੱਦਣ ਤੋਂ ਇਹਨਾਂ ਗੱਲਾਂ 'ਤੇ ਅਮਲ ਕਰਨ, ਇਹਨਾਂ ਗੱਲਾਂ 'ਤੇ ਜਿੱਦਣ ਤੋਂ ਅਮਲ ਕਰਨ ਲੱਗ ਪਏ ਨਾ, ਜਿਹੜਾ ਕੰਮ ਕਰਾਂਗੇ ਚੰਗਾ ਹੀ ਕਰਾਂਗੇ। ਜਿਸ ਰਾਹ 'ਤੇ ਤੁਰਾਂਗੇ, ਚੰਗੇ ਰਾਹ 'ਤੇ ਤੁਰਾਂਗੇ, ਫਿਰ ਮਾੜਾ ਕੰਮ ਕੋਈ ਨਹੀਂ ਕਰਾਂਗੇ। ਸਮਝ ਆਵੇ ਇਸ ਗੱਲ ਦੀ ਸਮਝ। ਸੋ ਜੀਵਨ ਦੀ ਜਾਚ ਸਾਨੂੰ ਗੁਰੂ ਸਾਹਿਬ ਸਿਖਾਉਂਦੇ, ਗੁਰੂ ਸਾਹਿਬ ਦੀ ਬਾਣੀ, ਰੱਬ ਦੇ ਪਿਆਰੇ ਇਹ ਜੀਵਨ ਜਾਚ ਸਾਨੂੰ ਸਿਖਾਉਂਦੇ, ਅਤੇ ਆਪਾਂ ਸਿੱਖੀਏ। ਪੜਿਓ ਜਰਾ ਸਾਰੀ ਸਮਝ, ਅੱਠੋ ਪੈਰ ਦੀ ਸਮਾਧੀ ਲੱਗੀ ਰਹੀ, ਸਾਡੀ ਵੀ ਲੱਗਦਾ ਹੈ। ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ।
ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਬੇਲੀ ਉਹਨਾਂ ਪਿਆਰਿਆਂ ਨੂੰ ਮੈਂ ਬਲਿਹਾਰੇ ਜਾਵਾਂ, ਉਹਨਾਂ ਪਿਆਰਿਆਂ ਤੋਂ ਜਿਹੜੇ ਆਪ ਜਪਿਆ ਮੇਰਾ ਨਾਮ ਜਪਾ ਮੈਂ ਸੁਆਓ ਨਾਲ ਨਾਲ ਸੋਹਣੀ ਵਿਚਾਰ। ਦੇਖੋ ਡੇਢ ਘੰਟਾ ਬੀਤ ਗਿਆ, ਸਮੇਂ ਦਾ ਪਤਾ ਨਹੀਂ ਲੱਗਦਾ, ਸੁਆਓ ਥੋੜ੍ਹਾ ਸਮਾਂ ਹੋਰ। ਗੁਰੂ ਸਾਹਿਬ ਕਿਰਪਾ ਕਰਨ, ਧਿਆਨ ਨਾਲ ਅੰਤਰ ਧਿਆਨ ਰੱਖ ਕੇ ਜੁੜਿਓ, ਧਿਆਨ ਨਾਲ ਸੁਣੀਏ। ਵਿਸਾਖੀ ਦਾ ਦਿਨ ਵੀ ਆ ਰਿਹਾ, ਕੈਸਾ ਹੋਏ 13 ਅਪ੍ਰੈਲ 1699 ਈਸਵੀ ਦੀ ਵਿਸਾਖੀ, ਪੰਜਾਂ ਸਿੰਘਾਂ ਦੇ ਸੀਸ, ਪੰਜਾਂ ਸਿੱਖਾਂ ਦੇ ਸੀਸ ਧੜ ਨਾਲ ਵੱਖ। ਕਿੱਥੋਂ ਕਿੱਥੋਂ ਸੰਗਤ ਆਈਆਂ, ਜਦੋਂ ਦੂਰ ਦੁਰਾਡਿਆਂ ਤੱਕ ਮਹਾਰਾਜ ਨੇ ਪੱਤਰਿਕਾ ਭੇਜੇ, ਚਿੱਠੀਆਂ ਭੇਜੀਆਂ, ਸੁਨੇਹੇ ਭੇਜੇ, ਤੇ ਕੋਈ ਲਾਹੌਰ ਤੋਂ ਆਇਆ, ਕੋਈ ਦਿੱਲੀ ਤੋਂ ਆਇਆ, ਕੋਈ ਜਗਨਨਾਥਪੁਰੀ ਤੋਂ ਆਇਆ, ਕੋਈ ਦਵਾਰਕਾ ਤੋਂ ਆਇਆ, ਕੋਈ ਬਿਦਰ ਤੋਂ ਆਏ, ਕਿੱਥੋਂ ਕਿੱਥੋਂ ਦੂਰ ਦੁਰਾਡਿਆਂ ਤੋਂ ਸੰਗਤ ਆਈਆਂ, ਕਿੱਥੋਂ ਕਿੱਥੋਂ ਆਏ। 13 ਅਪ੍ਰੈਲ 1699 ਈਸਵੀ ਦੀ ਵਿਸਾਖੀ, 9 ਸਾਲ ਦੀ ਉਮਰ ਸੀ ਕਲਗੀਆਂ ਵਾਲਿਆਂ ਨੇ, 9 ਸਾਲ ਦੀ ਜਦੋਂ ਮਹਾਰਾਜ ਨੇ ਬਚਨ ਕਹੇ ਸੀ, ਕੈਸਾ ਬੰਦ ਖਾਲਸਾ ਸਾਜਾ, ਭਾਈ ਜੈਤਾ ਜੀ ਨੂੰ ਗੁਰੂ ਸਾਹਿਬ ਨੇ, ਭਾਈ ਜੈਤਾ ਜੀ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲੈ ਕੇ ਆਏ ਸੀ ਨਾ ਦਿੱਲੀ ਚਾਂਦਨੀ ਚੌਂਕ, ਤੇ ਪੁੱਛਿਆ ਸੀ ਕਲਗੀਆਂ ਵਾਲਿਆਂ ਨੇ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਨੇ, ਭਾਈ ਜੈਤਾ ਜੀ ਕੀ ਹੋਇਆ, ਦੱਸੋ ਜਰਾ ਕੀ ਹੋਇਆ ਦਿੱਲੀ, ਤੇ ਰੋ ਰੋ ਕੇ ਦੱਸਦੇ ਨੇ ਭਾਈ ਜੈਤਾ ਜੀ, ਭਾਈ ਮਤੀ ਦਾਸ ਜੀ ਦੀ ਸ਼ਹੀਦੀ, ਭਾਈ ਸਤੀ ਦਾਸ ਜੀ ਦੀ ਸ਼ਹੀਦੀ, ਭਾਈ ਦਿਆਲਾ ਜੀ ਦੀ ਸ਼ਹੀਦੀ ਬਾਰੇ ਜਾਣੂ ਕਰਾਉਂਦੇ ਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਬਾਰੇ ਦੱਸਦੇ। ਕਹਿੰਦੇ ਮਹਾਰਾਜ ਸਾਰੇ ਹੀ ਭੱਜ ਗਏ ਜਦੋਂ ਰੋ ਰੋ ਕੇ ਦੱਸਦੇ ਸੀ ਭਾਈ, ਤੇ ਸੰਗਤਾਂ ਖੜੀਆਂ ਰੋਂਦੀਆਂ ਨੇ ਜਦੋਂ ਸੁਣਦੀਆਂ ਨੇ, ਸੰਗਤਾਂ ਵੀ ਰੋਂਦੀਆਂ, ਭਾਈ ਜੈਤਾ ਜੀ ਰੋ ਰੋ ਕੇ ਦੱਸਦੇ ਆ, ਕਹਿੰਦੇ ਦਾਦਾ ਜੀ ਕੁਝ ਪਤਾ ਨਹੀਂ ਸੀ ਲੱਗਦਾ, ਕੌਣ ਹਿੰਦੂ ਕੌਣ ਸਿੱਖ ਕੌਣ ਮੁਸਲਮਾਨ, ਮਹਾਰਾਜ ਸਾਰੇ ਹੀ ਭੱਜ ਗਏ, ਸਾਰੇ ਹੀ ਭੱਜ ਗਏ ਜਿਹੜੇ ਕਹਿੰਦੇ ਸੀ ਤੁਹਾਡੇ ਨਾਲ ਹੀ ਮਰ, ਜਿਹੜੇ ਗੱਲ ਕਹਿੰਦੇ ਸੀ ਤਾਂ ਸੁਣਿਆ ਸੰਗਤ, ਮਹਾਰਾਜ ਜਿਹੜੇ ਇਹ ਕਹਿੰਦੇ ਸੀ ਵੀ ਤੁਹਾਡੇ ਨਾਲ ਹੀ ਮਰਾਂਗੇ ਉਹ ਵੀ ਭੱਜ ਗਏ, ਉਹ ਵੀ ਭੱਜ ਗਏ, ਕੁਝ ਪਤਾ ਨਹੀਂ ਸੀ, ਹਲ ਥਲ ਮੱਚ ਗਈ। ਜਦੋਂ ਰੋ ਰੋ ਕੇ ਦੱਸਦੇ ਨੇ ਕੌਣ ਸਿੱਖ ਕੌਣ ਹਿੰਦੂ ਕੌਣ ਮੁਸਲਮਾਨ, ਮਹਾਰਾਜ ਕੁਝ ਪਤਾ ਨਹੀਂ ਸੀ ਲੱਗਦਾ, ਮਹਾਰਾਜ ਕਹਿੰਦੇ ਅੱਛਾ, ਕਲਗੀਆਂ ਵਾਲੇ ਕਹਿੰਦੇ ਭਾਈ ਜੈਤਾ ਜੀ ਅੱਛਾ, ਕਹਿੰਦੇ ਕੁਝ ਪਤਾ ਨਹੀਂ ਸੀ ਲੱਗਦਾ ਕੌਣ ਸਿੱਖ ਕੌਣ ਹਿੰਦੂ ਕੌਣ ਮੁਸਲਮਾਨ, ਕਹਿੰਦੇ ਮਹਾਰਾਜ ਨਹੀਂ, ਕਹਿੰਦੇ ਨਹੀਂ, ਮਹਾਰਾਜ ਕਹਿੰਦੇ ਫਿਰ ਆਓ ਭਾਈ ਜੈਤਾ ਜੀ ਰੰਗ ਰੇਟੇ ਗੁਰੂ ਕੇ, ਇੱਕ ਥਾਂ ਮਹਾਰਾਜ ਨੇ ਦਿੱਤਾ ਰੰਗ ਰੇਟੇ ਗੁਰੂ ਦੇ ਬੇਟੇ, ਭਾਈ ਜੈਤਾ ਜੀ ਸੁਣੋ, ਕਹਿੰਦੇ ਸੁਣੋ, ਇੱਕ ਦਿਨ ਐਸਾ ਸਮਾਂ ਆਏਗਾ, ਇੱਕ ਦਿਨ ਐਸਾ ਵੇਲਾ ਆਏਗਾ, ਕਹਿੰਦੇ ਮੈਂ ਐਸਾ ਖਾਲਸਾ ਪੰਥ ਸਾਜਾਂਗਾ ਜਿਹਦੀ ਆਣ ਜਿਹਦੀ ਬਾਣ ਜਿਹਦੀ ਸ਼ਾਨ ਵੱਖਰੀ ਹੋਏਗੀ, ਕਹਿਣੀ ਕਰਨੀ ਵਿੱਚ ਜਿਹੜਾ ਪੂਰਾ ਹੋਏਗਾ ਐਸਾ ਪੰਥ ਖਾਲਸਾ। ਐਸਾ ਖਾਲਸਾ ਪੰਥ ਸਾਜਾਂਗਾ ਮੈਂ, ਆਣ ਬਾਣ ਛਾਣ ਜਿਹਦੀ ਵੱਖਰੀ ਹੋਏਗੀ, ਕਹਿਣੀ ਕਰਨੀ ਵਿੱਚ ਜਿਹੜਾ ਪੂਰਾ ਹੋਏਗਾ ਤੇ ਲੱਖਾਂ ਵਿੱਚੋਂ ਵੱਖਰਾ ਦਿਸੂ, ਲੱਖਾਂ ਚੋਂ ਐਸਾ। ਜਦੋਂ ਮਹਾਰਾਜ ਨੇ ਕਿਹਾ ਖੰਡੇ ਦੀ ਤਾਰ ਮਾਰੀ
ਨਹੀਂ ਵਿੱਚ ਪੂਰਾ ਹੋਏਗਾ। ਇਹ ਬਚਨ ਕਹੇ ਇੱਕ ਸਾਧ ਬਚਨ ਅਟਲੰਦ ਬਚਨ ਕਿੱਥੇ ਦਿੱਤਾ ਜਾਣਾ। ਸਾਧੂ ਬੋਲੇ ਸਹਿਜ ਸੁਭਾਈ, ਬੋਲੋ ਜੀ ਸਾਧੂ ਬੋਲੇ ਸਹਿਜ ਸੁਭਾਈ, ਸਾਧੂ ਕਾ ਬੋਲਿਆ ਬਿਰਥਾ ਨਾ, ਬਿਰਥਾ ਨਾ ਉਹ ਬਚਨ ਬਿਰਥਾਰੀ ਦਾ ਜੋ ਸਤਿਗੁਰੂ ਮੈਂ ਪਹਿਲੇ ਅਰਜ ਕਰਕੇ ਹਟਿਆ। ਸਤਿਗੁਰੂ ਸਤਿਗੁਰੂ ਦਾ ਪਿਆਰੇ ਦੇ ਵਿੱਚ ਕੋਈ ਭੇਦ ਨਹੀਂ, ਉਹਨਾਂ ਦਾ ਬਚਨ ਇੱਕ ਵਾਰੀ ਹੋ ਜਾਏ ਨਾ ਤੇ ਬਿਰਥਾ ਹੀ ਨਹੀਂ ਜਾ ਸਕਦਾ। ਉਹਨਾਂ ਦੇ ਬਚਨ ਨਹੀਂ ਬਰਥੇ ਬਰਥੇ ਨਹੀਂ ਜਾਂਦੇ ਬਚਨ। ਤੇ ਫਿਰ ਵੇਖਿਓ ਕਹਿੰਦੇ 26 ਸਾਲਾਂ ਬਾਅਦ ਇਤਿਹਾਸ ਕਹਿੰਦੇ 26 ਸਾਲਾਂ ਬਾਅਦ ਮਹਾਰਾਜ ਨੇ ਅੰਮ੍ਰਿਤ ਛਕਾਉਣ ਦਾ ਸਮਾਂ ਵਿਖਿਆ। 13 ਅਪ੍ਰੈਲ ਦਾ ਸਮਾਂ 1699 13 ਅਪ੍ਰੈਲ ਨੂੰ ਜਿੱਦਣ ਮਹਾਰਾਜ ਨੇ ਅੰਮ੍ਰਿਤ ਛਕਾਉਣਾ ਸੀ ਉਹ ਤੋਂ ਪਹਿਲਾਂ ਹੀ ਮਹਾਰਾਜ ਚਿੱਠੀਆਂ ਭੇਜਣੀਆਂ, ਪੰਦਰਗਾਹ ਭੇਜਣੇ, ਸੁਨੇਹੇ ਭੇਜਣੇ ਸ਼ੁਰੂ ਕੀਤੇ। ਤੇ ਮੈਂ ਪਹਿਲਾਂ ਅਰਜ਼ ਕੀਤੀ ਕੋਈ ਬਿਦਰ ਤੋਂ ਆਇਆ, ਕੋਈ ਦੁਆਰਕਾ ਤੋਂ ਆਇਆ, ਕੋਈ ਲਾਹੌਰ ਤੋਂ ਆਇਆ, ਕੋਈ ਦਿੱਲੀ ਤੋਂ ਆਇਆ, ਕੋਈ ਜਗਨਨਾਥਪੁਰੀ ਤੋਂ, ਬਹੁਤ ਦੂਰ ਦੁਰਾਡਿਆਂ ਤੋਂ ਸੰਗਤਾਂ ਆਈਆਂ ਆਈਆਂ ਸਨ। ਦਿਨ ਪਰ ਦਿਨ ਦਿਨ ਪਰ ਦਿਨ ਸੰਗਤ ਦਾ ਇਕੱਠ ਵੱਧਦਾ ਜਾਂਦਾ ਵੱਧਦਾ ਜਾਂਦਾ ਵੱਧਦਾ ਜਾਂਦਾ। ਤੇ ਮੁਗਲ ਰਾਜੇ ਵੀ ਹੈਰਾਨ ਸੀ ਵੀ ਇੰਨਾ ਸੰਗਤ ਦਾ ਇਕੱਠ ਅਸੀਂ ਨਹੀਂ ਵੇਖਿਆ, ਜਿਹੜਾ ਅੱਜ ਇੰਨਾ ਸੰਗਤ ਦਾ ਜਿਹੜਾ ਇਕੱਠ ਅਸੀਂ ਨਹੀਂ ਵੇਖਿਆ। ਤੇ ਕਹਿੰਦੇ ਸੰਗਤਾਂ ਵੀ ਹੈਰਾਨ ਸੀ ਵੀ ਮਹਾਰਾਜ ਏਡੀਆਂ ਦੂਰੋਂ ਦੂਰੋਂ ਸੰਗਤਾਂ ਬੁਲਾਈਆਂ ਤੇ ਕਾਰਨ ਕੀ ਹੋਏਗਾ, ਵੀ ਬੁਲਾਉਣ ਦਾ ਵੀ ਕੀ ਕਾਰਨ ਹੋਏਗਾ। ਸੰਗਤਾਂ ਵੀ ਹੈਰਾਨ ਸੀ ਕਾਰਨ ਕੀ ਹੋਏਗਾ। ਦਿਨ ਪਰ ਦਿਨ ਸੰਗਤ ਦਾ ਇਕੱਠ ਵੱਧਦਾ ਜਾਂਦਾ ਵੱਧਦਾ ਜਾਂਦਾ। ਤੇ ਰਾਤ ਹੋਣੀ ਜਦੋਂ ਰਹਿਣ ਰਹਿਣ ਰਾਤ ਹੋਣੀ ਨਾ ਜਦੋਂ ਤਰਸਤਿਆਂ ਵਿੱਚ ਹੀ ਸੰਗਤਾਂ ਨੇ ਆਪੋ ਆਪਣੇ ਤੰਬੂ ਲਗਾ ਕੇ ਆਰਾਮ ਕਰਨਾ, ਆਰਾਮ ਕਰਨਾ ਤੰਬੂ ਲਗਾ ਕੇ ਤੰਬੂਆਂ ਵਿੱਚ ਆਰਾਮ ਕਰਨਾ। ਸਵੇਰ ਹੋਣੀ ਫਿਰ ਤੁਰ ਤੇ ਉਹ 13 ਅਪ੍ਰੈਲ ਦਾ ਦਿਨ ਆ ਗਿਆ। 13 ਅਪ੍ਰੈਲ 1699 ਈਸਵੀ ਵਿਸਾਖੀ ਦਾ ਦਿਨ 13 ਅਪ੍ਰੈਲ ਦਾ ਦਿਨ ਚੜਿਆ। ਆਨੰਦਪੁਰ ਸਾਹਿਬ ਦੀ ਧਰਤੀ ਤੇ ਬਾਹਰ ਖੁੱਲਾ ਪੰਡਾਲ ਲੱਗਾ ਹੋਇਆ, ਖੁੱਲਾ ਪੰਡਾਲ ਲੱਗਾ ਹੋਇਆ, ਖੁੱਲੇ ਪੰਡਾਲ ਵਿੱਚ ਉੱਚੀ ਸਟੇਜ ਲੱਗੀ ਹੋਈ ਹੈ ਤੇ ਖੁੱਲੇ ਪੰਡਾਲ 'ਚ ਬੋਰਡ ਲੱਗੇ ਹੋਏ ਆ, ਬੈਨਰ ਬੋਰਡ ਲੱਗੇ ਹੋਏ ਨੇ, ਉਹਨਾਂ 'ਤੇ ਲਿਖਿਆ ਹੋਇਆ ਜੋ ਤੋਂ ਪ੍ਰੇਮ ਬੋਲਿਆ ਕਰੋ, ਤੇ ਸਾਰਿਆਂ ਨੂੰ ਯਾਦ ਹੈ ਜੋ ਤੋਂ ਪ੍ਰੇਮ ਖੇਲਣ ਦਾ ਜਾਓ ਸਿਰ ਧਰ ਤਲੀ ਗਲੀ ਮੋਰੀਆ, ਕਿਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ, ਕਬੀਰ ਮਰਦਾ ਮਰਦਾ ਜਗ ਮੰਗਵਾ ਪਰ ਭੀ ਨਾ ਜਾਣਿਆ ਐਸੀ ਮਰਣੀ ਜੋ ਮਰੈ, ਐਸੀ ਮਰਣੀ ਜੋ ਮਰੈ ਬਹੁਰਾ ਨਾ ਬੋਰਡ ਲੱਗੇ ਬੋਰਡ ਵੱਡੇ। ਇੰਨਾ ਸੰਗਤ ਦਾ ਇਕੱਠ ਕਹਿੰਦੇ 80,000 ਦਾ ਇਕੱਠ ਹੋਇਆ, ਥੋੜਾ ਨਹੀਂ ਤਾਂ ਕਹਿਣਾ ਸੌਖਾ ਵੀ 80,000 ਇੱਕ ਸੈਂਕੜ ਨਹੀਂ ਲੱਗਦਾ ਕਹਿਣ ਨੂੰ, ਪਰ ਹੁੰਦਾ ਬਹੁਤ ਇਹ ਤੇ ਕਹਿਣਾ ਸੌਖਾ ਜਿਹਾ ਲੱਗਦਾ ਆਪਾਂ ਨੂੰ, ਪਰ 80,000 ਦਾ ਇਕੱਠ ਅਨੰਦਪੁਰ ਸਾਹਿਬ ਦੀ ਧਰਤੀ 80,000 ਦਾ ਇਕੱਠ ਹੈ ਸੰਗਤਾਂ ਦਾ। ਤੇ ਉੱਚੀ ਸਟੇਜ ਤੇ ਖੜੇ ਕਲਗੀਆਂ ਵਾਲੇ ਸਟੇਜ ਤੇ ਖੜੇ ਬਾਜਾਂ ਵਾਲੇ 80,000 ਦੇ ਇਕੱਠ ਨੂੰ ਸੰਬੋਧਨ ਕਰ ਰਹੇ, ਵੇਖ ਰਹੇ ਕਲਗੀਆਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਵੇਖ ਰਹੇ, ਕਹਿੰਦੇ ਵੇਖ ਰਹੇ ਨੇ ਨਾ। ਫਿਰ ਕਹਿੰਦੇ ਮਹਾਰਾਜ ਬੀਰ ਰਸ ਵਿੱਚ ਆ ਗਏ, ਬੀਰ ਰਸ ਵਿੱਚ ਆ ਗਏ, ਬੀਰ ਰਸ ਵਿੱਚ ਨੇਤਰ ਲਾਲ ਹੋ ਗਏ, ਅੱਖਾਂ ਵਿੱਚ ਲਾਲੀ ਆ ਗਈ ਵੀਰ ਰਸ ਵਿੱਚ, ਵੀਰ ਰਸ ਨਾਲ ਮਾਰਨ ਭਰ ਗਏ। ਤੇ ਕਹਿੰਦੇ ਆਪਣੇ ਮਿਆਨ ਵਿੱਚੋਂ ਕੱਢੀ ਤਲਵਾਰ, ਕਿਰਪਾਨ ਤਲਵਾਰ ਕੱਢ ਕੇ ਆਪਣੇ ਮਿਆਨ ਵਿੱਚੋਂ ਉੱਚੀ ਆਵਾਜ਼ ਵਿੱਚ ਗੱਜ ਕੇ ਬੋਲੇ ਕਲਗੀਆਂ ਵਾਲੇ, ਕਹਿੰਦੇ ਉੱਠੋ ਕੋਈ ਸੂਰਮਾ, ਉੱਠੋ ਕੋਈ ਬਲੀ, ਉੱਠੋ ਕੋਈ ਜੋਧਾ, ਮੈਨੂੰ ਇੱਕ ਸੀਸ ਦੀ ਉੱਠੋ, ਇਹ ਗੱਜ ਕੇ ਬੋਲੇ ਮਾਰ ਇੱਕ ਸੀਸ ਦੀ ਰੋਲ, ਤੇ ਉੱਠੋ ਕੋਈ ਜੋਧਾ,
ਉੱਠੋ ਕੋਈ ਬਲੀ ਉੱਠੋ ਕੋਈ ਸੂਰਮਾ ਅੱਜ ਲੋੜ ਸੀਸ ਦੀ ਮੈਂ ਉੱਠੋ ਬਾਰਕ ਸੀ ਇੱਕ ਸੀਸ ਦੀ ਅੱਜ ਲੋੜ ਸੀਸ ਦੀ ਮੈਂ ਉੱਠੋ ਮਾਤ ਕਈ ਤੇ ਮੇਰੇ ਵਰਗੇ ਡਰਪੋਕਲ ਦੇ ਕੰਬਣ ਲੱਗ ਪਏ ਕਈ ਸੋਚਦੇ ਸੰਗਤਾਂ ਸੋਚਦੀ ਬਾਰਾਂ ਨਹੀਂ ਕੀ ਗੁਰੂ ਸਾਹਿਬ ਇਹ ਕੀ ਕਹਿੰਦੇ ਜਦੋਂ ਸੁਣਿਆ ਕਲਗੀਆਂ ਵਾਲੇ ਤੇ ਕਹਿੰਦੇ ਮੈਨੂੰ ਇੱਕ ਸੀਸ ਦੀ ਲੋੜ ਸਨਾਟਾ ਛਾ ਗਿਆ ਮਾਹੌਲ ਕਹਿੰਦੇ ਐ ਸ਼ਾਂਤ ਨਹੀਂ ਪਹਿਲੀ ਵਾਰ ਵਾਰ ਮਹਾਰਾਜ ਨੇ ਆਵਾਜ਼ ਮਾਰੀ ਕੋਈ ਨਾ ਉੱਠਿਆ ਕੋਈ ਨਹੀਂ ਉੱਠਿਆ ਦੂਜੀ ਵਾਰ ਮਹਾਰਾਜ ਫਿਰ ਆਵਾਜ਼ ਮਾਰਦੇ ਨੇ ਕਹਿੰਦੇ ਇੱਕ ਸੀਸ ਦੀ ਲੋੜ ਹੈ ਉੱਠੋ ਕੋਈ ਜਾਉਂਦਾ ਉੱਠੋ ਕੋਈ ਦੂਜੀ ਵਾਰ ਆਵਾਜ਼ ਮਾਰੀ ਫਿਰ ਕੋਈ ਨਾ ਉੱਠਿਆ ਜਦੋਂ ਤੀਜੀ ਵਾਰ ਮਹਾਰਾਜ ਨੇ ਆਵਾਜ਼ ਮਾਰੀ ਗੱਜ ਕੇ ਗਿਆ ਕਹਿੰਦੇ ਉੱਠੋ ਕੋਈ ਜੋਦਾ ਮੈਨੂੰ ਇੱਕ ਸੀਸ ਦੀ ਲੋੜ ਹੈ ਕਹਿੰਦੇ ਜਦੋਂ ਤੀਜੀ ਵਾਰੀ ਬੋਲੇ ਤੀਜੀ ਵਾਰੀ ਮਹਾਰਾਜ ਨੇ ਕਿਹਾ ਤੇ ਫਿਰ ਉੱਠੇ ਕਹਿੰਦੇ ਕੌਣ ਦਿਆ ਰਾਮ ਖੱਤਰੀ ਲਾਹੌਰ ਦਾ ਦਿਆ ਰਾਮ ਲਾਹੌਰ ਦੇ ਉੱਠੇ ਉੱਠ ਕੇ ਇਹਨਾਂ ਸਟੇਜ ਤੇ ਆ ਗਏ ਮਹਾਰਾਜ ਕਲਗੀਆਂ ਵਾਲਿਆਂ ਦੇ ਕੋਲ ਆ ਗਏ ਜਦੋਂ ਕੋਲ ਆਏ ਤੇ ਆ ਕੇ ਕਹਿੰਦੇ ਦਿਆ ਰਾਮ ਕਹਿੰਦਾ ਮਹਾਰਾਜ ਲਓ ਮੇਰਾ ਸੀਸ ਬੇਟਾ ਮੇਰੇ ਸੀਸ ਹਾਜ਼ਰ ਹੈ ਸਿੱਖ ਦਾ ਮਹਾਰਾਜ ਕਹਿੰਦੇ ਕੀ ਨਾਮ ਹੈ ਤੇਰਾ ਕਿੱਥੋਂ ਆਇਆ ਕਹਿੰਦੇ ਦਾਦਾ ਜੀ ਲਾਹੌਰ ਤੋਂ ਆਇਆ ਦਿਆ ਰਾਮ ਮੇਰਾ ਨਾਮ ਹੈ ਦਿਆ ਰਾਮ ਨਾਮ ਹੈ ਮੇਰਾ ਲਾਹੌਰ ਤੋਂ ਆਇਆ ਪਰ ਕਹਿੰਦੇ ਅੱਛਾ ਮਹਾਰਾਜ ਕਹਿੰਦੇ ਦਿਆ ਰਾਮ ਫਿਰ ਇਹ ਦੱਸ ਵੀ ਜਦੋਂ ਮੈਂ ਪਹਿਲੀ ਵਾਰ ਮਰ ਮੈਂ ਆਵਾਜ਼ ਮਾਰੀ ਸੀ ਕਿਉਂ ਨਹੀਂ ਉੱਠੇ ਜਦੋਂ ਪਹਿਲੀ ਵਾਰ ਮਾਰ ਤੀਜੀ ਵਾਰੀ ਉੱਠ ਕੇ ਆਇਆ ਪਹਿਲੀ ਵਾਰ ਕਿਉਂ ਨਹੀਂ ਉੱਠਿਆ ਤੇ ਦਿਆ ਰਾਮ ਹੱਥ ਜੋੜ ਕੇ ਕਹਿੰਦਾ ਦਾਦਾ ਜੀ ਦੋ ਆਵਾਜ਼ਾਂ ਤੁਹਾਨੂੰ ਫਾਲਤੂ ਮਰਨੀਆਂ ਪਈਆਂ ਮੈਨੂੰ ਮਾਫ਼ ਕਰੋ ਪਹਿਲੀ ਵਾਰ ਕਹਿਣ ਤੇ ਨਹੀਂ ਮੈਂ ਉੱਠਿਆ ਤੀਜੀ ਵਾਰੀ ਕਹਿਣ ਤੇ ਉੱਠਿਆ ਮੈਨੂੰ ਮਾਫ਼ ਕਰੋ ਭੁੱਲ ਬਖਸ਼ਾਈ ਤੇ ਕਹਿੰਦਾ ਦਾਦਾ ਜੀ ਲਓ ਸੀਸ ਹਾਜ਼ਰ ਹੈ ਮੇਟਾ ਲੈ ਲੋ ਮੇਰੇ ਸੀਸ ਦੀ ਪਿਆਰ ਰਾਮ ਹੱਥ ਹੋਰ ਆਇਆ
ਕਹਿੰਦਾ ਸੀਸ ਹਾਜ਼ਰ ਹੈ, ਸੀਸ ਹਾਜ਼ਰ ਹੈ ਤੇ ਲੈ ਲਓ ਭੇਟਾ ਮੇਰੇ ਸੀਸ। ਕਹਿੰਦੇ ਨਾਲ ਤੰਬੂ ਲੱਗਿਆ ਹੋਇਆ, ਤੰਬੂ ਤਲਗੀਆਂ ਵਾਲੇ ਦਿਆ ਰਾਮ ਨੂੰ ਬਾਹ ਫੜ ਕੇ ਤੰਬੂ ਚ ਲੈ। ਹੁਣ ਕੀ ਹੋਏਗਾ, ਸੰਗਤਾਂ ਦੀਆਂ ਅੱਖਾਂ ਤੰਬੂ ਵੱਲ ਸੋਚ ਰਹੇ ਨੇ ਕੀ ਹੋਏ। ਬਾਰਾ ਬਾਹ ਫੜ ਕੇ ਲੈ ਗਏ ਦਿਆ ਰਾਮ ਨੂੰ, ਬਾਹ ਫੜ ਕੇ ਲੈ ਗਏ ਤੰਬੂ ਚ, ਤੇ ਸੰਗਤਾਂ ਦੀਆਂ ਅੱਖਾਂ ਤੰਬੂ ਵੱਲ, ਸੰਗਤਾਂ ਦੇ ਕੰਨ ਤੰਬੂ ਵੱਲ। ਕੀ ਹੋਏਗਾ, ਤੰਬੂ ਵਿੱਚ ਲਿਜਾ ਕੇ ਤਲਗੀਆਂ ਵਾਲਿਆਂ ਨੇ ਦਿਆ ਰਾਮ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ। ਦਿਆ ਰਾਮ ਦਾ ਸੀਸ ਗੁਰੂ ਸਾਹਿਬ ਨੇ ਧੜ ਨਾਲੋਂ ਕਹਿੰਦੇ ਵੱਖ ਕਰ ਦਿੱਤਾ। ਜਦੋਂ ਵੱਖ ਕਰ ਦਿੱਤਾ ਤੇ ਤੰਬੂ ਚੋਂ ਬਾਹਰ ਆ ਗਏ। ਤਲਵਾਰ ਗੁਰੂ ਸਾਹਿਬ ਦੀ ਖੂਨ ਦੇ ਨਾਲ ਲਿਬੜੀ ਹੋਈ, ਖੂਨ ਦੇ ਨਾਲ ਲਿਬੜੀ ਤਲਵਾਰ ਕਿਰਪਾਨ ਜਦੋਂ ਵੇਖੀ, ਸੰਗਤਾਂ ਵੇਖ ਕੇ ਹੈਰਾਨ, ਵੇਖ ਕੇ ਕਈ ਤੇ ਮੇਰੇ ਵਰਗੇ ਜਿਹੜੇ ਡਰਪੋਕਲ ਸੀ ਉਹ ਤੇ ਇੰਨਾ ਪਿੱਛੇ ਨੂੰ ਖਿਸਕਣ ਲੱਗ ਪਏ, ਪਿੱਛੇ ਨੂੰ ਇੰਨਾ ਭੱਜਣ ਲੱਗ ਪਏ। ਕਈ ਮਾਤਾ ਗੁਜਰੀ ਕੋਲ ਗਏ, ਮਾਤਾ ਗੁਜਰੀ ਜੀ ਦੇ ਕੋਲ, ਤੇ ਜਾ ਕੇ ਕਹਿੰਦੇ ਮਾਤਾ ਜੀ ਤੁਹਾਡੇ ਪੁੱਤਰ ਧੰਨ ਗੁਰੂ ਗੋਬਿੰਦ ਰਾਏ ਸਾਹਿਬਾਨ ਜੋ ਤੇ ਆਪਣੇ ਸੇਵਕਾਂ ਦੇ ਸੀਸ ਵੱਢਣ ਲੱਗ ਪਏ, ਕਹਿੰਦੇ ਰੋਕੋ ਤੁਸੀਂ। ਮਾਤਾ ਜੀ ਉਹਨਾਂ ਨੂੰ ਰੋਕੋ, ਮਾਤਾ ਗੁਜਰੀ ਜੀ ਕਹਿੰਦੀ ਕਹਿੰਦੇ ਭਾਈ ਤੁਸੀਂ ਫਿਕਰ ਨਾ ਕਰੋ, ਉਹਨਾਂ ਨੂੰ ਪਤਾ, ਉਹ ਜਾਣਦੇ ਨੇ, ਸਭ ਉਹ ਜਾਣੀ ਜਾਣਦੇ, ਉਹਨਾਂ ਨੂੰ ਪਤਾ, ਤੁਸੀਂ ਫਿਕਰ ਨਾ ਕਰੋ। ਪਰ ਉਹ ਕਿੱਥੇ ਹੜਦੇ ਨਹੀਂ, ਉਹ ਤਾਂ ਕਹਿੰਦੇ ਆਪਣੇ ਸੇਵਕਾਂ ਦੇ ਸੀਸ ਵੱਢਣ। ਪਰ ਇਹ ਤਾਂ ਸਤਿਗੁਰੂ ਜਾਣਦੇ, ਖੂਨ ਦੇ ਨਾਲ ਲਿਬੜੀ ਸ਼ਮਸ਼ੀਰ ਤਲਵਾਰ ਮਹਾਰਾਜ ਫਿਰ ਬੋਲੇ ਗੱਜ ਕੇ ਇੱਕ ਸੀਸ ਦੀ ਹੋਰ ਲੋੜ। ਤਲਗੀਆਂ ਵਾਲੇ ਕਹਿੰਦੇ ਇੱਕ ਸੀਸ ਦੀ ਹੋਰ ਲੋੜ ਹੈ। ਕਹਿੰਦੇ ਫਿਰ ਉੱਠਿਆ ਧਰਮ ਚੰਦ, ਦਿੱਲੀ ਦੇ ਰਹਿਣ ਵਾਲੇ ਧਰਮ ਚੰਦ ਉੱਠੇ ਆ ਗਏ ਸਟੇਜ ਦੇ ਮਾਰਨ ਦੇ ਕੋਲ। ਕਹਿੰਦੇ ਤਲਗੀਆਂ ਵਾਲਿਆਂ ਨੇ ਪੁੱਛਿਆ, ਕਹਿੰਦੇ ਭਾਈ ਤੇਰਾ ਕੀ ਨਾਮ ਹੈ, ਕਿੱਥੋਂ ਆਇਆ ਹੈ? ਕਹਿੰਦੇ ਮਹਾਰਾਜ ਧਰਮ ਚੰਦ ਮੇਰਾ ਨਾਂ ਹੈ, ਦਿੱਲੀ ਤੋਂ ਆਇਆ ਹੋਇਆ, ਦਿੱਲੀ ਤੋਂ ਆਇਆ ਹੋਇਆ। ਸੁਣ ਕੇ ਗਲਗੀਆਂ ਵਾਲੇ ਕਹਿੰਦੇ ਭਾਈ ਵਾਹ ਬਈ ਵਾਹ, ਪਹਿਲਾਂ ਦਇਆ ਹੀ ਹੁਣ ਧਰਮ ਵੀ ਆ ਗਿਆ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹ। ਪਹਿਲਾਂ ਦਇਆ ਹੀ ਵਾਰ, ਪਹਿਲਾਂ ਦਇਆ ਹੀ ਤੇ ਹੁਣ ਧਰਮ ਵੀ ਆ ਗਿਆ, ਧਰਮ ਵੀ ਆ ਗਿਆ। ਬੋਲਿਆ ਗੁਰੂ ਸਾਰੀ ਸਾਰੀ ਦਇਆ ਦਿਆਈ ਨਾ, ਪਹਿਲਾਂ ਦਿਆਈ ਚੱਲ।
ਦਿੱਲੀਓ ਤਰ ਪਰ ਧਰਮ ਚੰਦ ਨੂੰ ਬਾਹ ਫੜ ਕੇ ਤੰਬੂ ਚ ਲੈ ਗਏ ਤੇ ਧਰਮ ਚੰਦ ਦਾ ਵੀ ਸੀਸ ਮਹਾਰਾਜ ਨੇ ਧੜ ਨਾਲੋਂ ਵੱਖ ਕਰ ਦਿੱਤਾ ਜੀ ਵੱਖ ਤੇ ਫਿਰ ਮਹਾਰਾਜ ਨੇ ਕਿਹਾ ਇੱਕ ਸੀਸ ਦੀ ਹੋਰ ਲੋੜ ਫਿਰ ਉੱਠੇ ਹਿੰਮਤ ਰਾਏ ਮੁਕਮ ਚੰਦ ਸਾਹਿਬ ਚੰਦ ਪੰਜਾਂ ਦੇ ਸੀਸ ਕਲਗੀਆਂ ਵਾਲਿਆਂ ਨੇ ਤੰਬੂ ਵਿੱਚ ਲਿਜਾ ਕੇ ਪੰਜਾਂ ਦੇ ਸੀਸ ਮਹਾਰਾਜ ਨੇ ਧੜ ਨਾਲੋਂ ਵੱਖ ਕਰ ਦਿੱਤੇ ਵੱਖ ਸੁਣਿਓ ਜੀ ਜਦੋਂ ਪੰਜਾਂ ਦੇ ਸੀਸ ਗੁਰੂ ਸਾਹਿਬ ਨੇ ਧੜ ਨਾਲੋਂ ਵੱਖ ਕੀਤੇ ਆ ਨਾ ਉਦੋਂ ਬਾਅਦ ਕਲਗੀਆਂ ਵਾਲਿਆਂ ਨੇ ਕਿਹਦਾ ਸੀਸ ਕਿਹਦੇ ਧੜ ਨਾਲ ਜੋੜਿਆ ਕਿਹਦਾ ਸੀਸ ਕਿਹਦੇ ਧੜ ਨਾਲ ਕਿਹਦਾ ਸੀਸ ਕਿਹਦੇ ਧੜ ਨਾਲ ਜੋੜਿਆ ਕਿਹਦਾ ਸੀਸ ਕਿਹਦੇ ਧੜ ਤੇ ਵੇਖਿਓ ਸੀਸ ਕਿਸੇ ਦਾ ਕਿਸੇ ਧੜ ਨਾਲ ਜੋੜਿਆ ਕਿਸੇ ਦਾ ਕਿਸੇ ਧੜ ਨਾਲ ਜੋੜ ਦਿੱਤਾ ਗੁਰੂ ਸਾਹਿਬ ਤੇ ਫਿਰ ਕਹਿੰਦੇ ਮਹਾਰਾਜ ਨੇ ਕੜਵੇ ਵਿੱਚੋਂ ਪਾਣੀ ਦਾ ਜਲ ਦਾ ਛਿੱਟਾ ਦਿੱਤਾ ਸਰੀਰਾਂ ਜਲ ਦਾ ਇੰਨਾ ਛਿੱਟਾ ਸਰੀਰਾਂ ਤੇ ਦਿੱਤਾ ਕਹਿੰਦੇ ਜਦੋਂ ਜਲ ਦਾ ਪਾਣੀ ਦਾ ਛਿੱਟਾ ਉਦੋਂ ਦਿੱਤਾ ਨਾ ਸਰੀਰਾਂ ਦੇ ਪੰਜਾਂ ਸਰੀਰਾਂ ਦੇ ਮਹਾਰਾਜ ਕਹਿੰਦੇ ਉੱਠੋ ਭਾਈ ਗੁਰੂ ਸਾਹਿਬ ਤੇ ਕੁਝ ਵੀ ਕਰ ਸਕਦੇ ਸੀ ਉਹ ਤੇ ਆਪ ਪਰਮੇਸ਼ਰ ਆਪ ਨਿਰੰਕਾਰ ਕੁਝ ਵੀ ਕਰ ਸਕਦੇ ਸੀ ਮਹਾਰਾਜ ਕਹਿੰਦੇ ਭਾਈ ਉੱਠੋ ਪੰਜਾਂ ਦੇ ਉੱਪਰ ਜੋ ਸੀਸ ਉਹ ਅੰਮ੍ਰਿਤ ਪਾਣੀ ਜਲ ਜਦੋਂ ਛਿੱਟਾ ਪੰਜਾਂ ਸਰੀਰਾਂ ਚ ਦਿੱਤਾ ਜਦੋਂ ਕਲਗੀਆਂ ਵਾਲੇ ਕਹਿੰਦੇ ਭਾਈ ਉੱਠੋ ਕਹਿੰਦੇ ਪੰਜੇ ਹੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਪੰਜੇ ਹੀ ਉੱਠੇ ਪੰਜੇ ਹੀ ਉੱਠ ਗਏ ਜੀ ਪੰਜੇ ਸਤਨਾਮ ਵਾਹਿਗੁਰੂ ਦਾ ਜਾਪ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਪੰਜੇ ਹੀ ਉੱਠ ਗਏ ਫਿਰ ਜਿਹੜੇ ਕਕਾਰ ਉਹਨਾਂ ਨੂੰ ਪਹਿਨਾਏ ਕਹਿੰਦੇ ਉਹਨਾਂ ਨੇ ਕਕਾਰ ਕੰਘਾ ਕਿਰਪਾਨ ਕੜਾ ਤੇ ਜਿਹੜੇ ਕਕਾਰ ਫਿਰ ਕਹਿੰਦੇ ਉਦੋਂ ਬਾਅਦ ਕਲਗੀਆਂ ਵਾਲੇ ਅੰਮ੍ਰਿਤ ਤਿਆਰ ਕਰਦੇ ਨੇ ਸਰਬ ਲੋ ਦਾ ਵਾਟਾ ਤੇ ਸਰਬ ਲੋ ਦਾ ਖੰਡਾ ਸਰਬ ਲੋ ਦਾ ਵਾਟਾ ਤੇ ਸਰਬ ਲੋ ਦਾ ਖੰਡਾ ਸਰਬ ਲੋ ਦੇ ਵਾਟੇ ਵਿੱਚ ਜਲ ਪਾ ਕੇ ਪਾਣੀ ਪਾ ਕੇ ਖੰਡੇ ਦੇ ਨਾਲ ਮਾਰ ਅੰਮ੍ਰਿਤ ਤਿਆਰ ਕਰਦੇ ਨੇ ਮੁੱਖੋਂ ਪੰਜਾਂ ਬਾਣੀਆਂ ਦਾ ਪਾਠ ਵੀ ਕਰਦੇ ਮੁੱਖੋਂ ਪੰਜਾਂ ਬਾਣੀਆਂ ਦਾ ਨਿਤਨੇਮ ਕਰਦੇ ਨੇ ਮਾਤਾ ਸਾਹਿਬ ਕੌਰ ਜੀ ਨਾਲ ਮਾਰ ਦੇ ਅੰਮ੍ਰਿਤ ਤਿਆਰ ਕਰ ਮਾਤਾ ਸਾਹਿਬ ਕੌਰ ਜੀ ਖਾਲਸੇ ਦੀ ਮਾਤਾ ਮਾਤਾ ਸਾਹਿਬ ਜਪਜੀ ਸਾਹਿਬ ਜਾਪ ਸਾਹਿਬ ਤਪਨ ਸਾਧ ਸਵਈਏ ਚੌਪਈ ਸਾਹਿਬ ਅਨੰਦ ਸਾਹਿਬ ਇੰਨਾ ਪਾਠ ਕਰਦੇ ਨੇ ਗੁਰੂ ਸਾਹਿਬ ਕਲਗੀਆਂ ਵਾਲੇ ਪੰਜਾਂ ਬਾਣੀਆਂ ਦਾ ਨਿਤਨੇਮ ਕੀਤਾ ਅੰਮ੍ਰਿਤ ਤਿਆਰ ਕੀਤਾ ਉਹ ਕਹਿੰਦੇ ਨਾ ਫਿਰ ਕਲਗੀਆਂ ਵਾਲਿਆਂ ਨੇ ਅੰਮ੍ਰਿਤ ਆਪਣੀ ਤਲੀ ਦੇ ਇੱਦਾਂ ਪਾਇਆ ਕਿਉਂਕਿ ਆਪਾਂ ਜਾਣਦੇ ਹਾਂ ਨਾ ਪਤਾ ਹੈ ਸਾਰੇ ਵੱਖਰੇ ਵੱਖਰੇ ਇਤਿਹਾਸਕਾਰ ਨੇ ਇਤਿਹਾਸ ਵੱਖਰੇ ਵੱਖਰੇ ਲਿਖੇ ਨੇ ਵੱਖਰੇ ਵੱਖਰੇ ਇਤਿਹਾਸ ਲਿਖੇ ਨੇ ਇਤਿਹਾਸ ਇੱਕ ਨਹੀਂ ਵੱਖਰੇ ਵੱਖਰੇ ਲਿਖੇ ਪਰ ਜਿਵੇਂ ਅਸੀਂ ਪੜ੍ਹਿਆ ਤੁਹਾਨੂੰ ਦੱਸ ਅੰਮ੍ਰਿਤ ਮਹਾਰਾਜ ਨੇ ਕਹਿੰਦੇ ਇੱਦਾਂ ਆਪਣੀ ਤਲੀ ਤੇ ਪਾਇਆ ਤੇ ਉਹ ਕੀਤਾ ਇੱਦਾਂ ਤੇ ਚਿੜੀਆਂ ਦੀ ਡਾਰ ਆਈ ਤੇ ਕਹਿੰਦੇ ਇੱਕ ਚਿੜੀ ਨੇ ਮਹਾਰਾਜ ਦੇ ਹੱਥ ਚੋਂ ਤਲੀ ਚੋਂ ਅੰਮ੍ਰਿਤ ਦਾ ਘੁੱਟ ਛਕ ਲਿਆ ਪੀ ਲਿਆ ਉਹਨੇ ਚਿੜੀ ਨੇ ਵੇਖਿਓ ਜਦੋਂ ਅੰਮ੍ਰਿਤ ਦਾ ਘੁੱਟ ਪੀ ਲਿਆ ਉਹਨੇ ਕਹਿੰਦੇ ਜਦੋਂ ਚਿੜੀ ਨੇ ਅੰਮ੍ਰਿਤ ਦਾ ਘੁੱਟ ਪੀਤਾ ਤੇ ਚਿੜੀ ਵਿੱਚ ਐਸੀ ਤਾਕਤ ਆ ਗਈ ਚਿੜੀ ਵਿੱਚ ਐਸੀ ਸ਼ਕਤੀ ਆ ਗਈ ਐਸੀ ਪਾਵਰ ਐਸੀ ਨਰਜੀ ਤਾਕਤ ਉਹਦੇ ਵਿੱਚ ਆ ਗਈ ਕਹਿੰਦੇ ਜਾ ਕੇ ਬਾਜਾਂ ਵਾਲਿਆਂ ਦਾ ਬਾਜੀ ਟਾ ਇੰਨੀ ਤਾਕਤ ਆ ਗਈ ਐਸੀ ਸ਼ਕਤੀ ਆ ਗਈ ਬਾਜਾਂ ਵਾਲਿਆਂ ਦਾ ਬਾਜ ਢਾ ਲਿਆ ਚਿੜੀ ਨੇ ਨਾਲੇ ਆਪਾਂ ਵੇਖਦੇ ਚਿੜੀ ਹੁੰਦੀ ਕਿੰਨੀ ਐਸੀ ਤਾਕਤ ਆ ਗਈ ਐਸੀ ਪਾਵਰ ਇੰਨੀ ਆ ਗਈ ਉੱਥੇ ਬਾਜਾਂ ਵਾਲਿਆਂ ਦਾ ਬਾਜ ਉਹਨੇ ਢਾ ਲਿਆ ਕਹਿੰਦੇ ਜਦੋਂ ਬਾਜ ਢਾ ਲਿਆ ਨਾ ਤੇ ਮਾਤਾ ਸਾਹਿਬ ਕੌਰ ਜੀ ਨੇ ਵੇਖਿਆ ਕਿ ਇੱਦਾਂ ਤੇ ਖਾਲਸਾ ਬੜਾ ਕ੍ਰੋਧਵਾਨ ਹੋ ਜਾਏ
ਇਦਾਂ ਤੇ ਖਾਲਸਾ ਬੜਾ ਕ੍ਰੋਧਵਾਨ ਹੋ ਜਾਏਗਾ। ਖਾਲਸੇ ਵਿੱਚ ਮਿਠਾਸ ਵੀ ਹੋਣੀ ਜ਼ਰੂਰੀ ਹੈ, ਖਾਲਸੇ ਵਿੱਚ ਪ੍ਰੇਮ ਪਿਆਰ ਵੀ ਹੋਣਾ ਜ਼ਰੂਰੀ ਹੈ, ਖਾਲਸੇ ਵਿੱਚ ਨਿਮਰਤਾ ਵੀ ਹੋਣੀ, ਬੋਲੋ ਜੀ, ਖਾਲਸੇ ਵਿੱਚ ਨਿਮਰਤਾ ਵੀ ਹੋਣੀ ਜ਼ਰੂਰੀ ਹੈ, ਪ੍ਰੇਮ ਪਿਆਰ ਹੋਣਾ ਜ਼ਰੂਰੀ ਹੈ। ਕਹਿੰਦੇ ਫਿਰ ਮਾਤਾ ਸਾਹਿਬ ਕੌਰ ਜੀ ਦੇ ਵਿੱਚ ਪਤਾਸੇ ਪਾਏ, ਪਤਾਸੇ ਪਾਏ, ਪਤਾਸੇ ਜਪ ਪੜ੍ਹਦੇ ਨੀ ਆਧਾਰ ਤਾਈਓ ਕਿਤਨੋ ਸ਼ੇਰ ਬਣਾਇਆ, ਬਾਜਾਂ ਵਾਲੇ ਨੇ ਚਿੜੀਆਂ ਤੋਂ ਬਾਜ ਤੜਾਇਆ, ਬਾਜਾਂ ਵਾਲੇ ਨੇ ਤੋਂ ਬਾਜ ਤੜਾਇਆ ਕਲਗੀਆਂ। ਕਹਿੰਦੇ ਮਾਤਾ ਜੀ ਨੇ ਵਿੱਚ ਪਤਾਸੇ ਪਾਏ, ਕਹਿੰਦੇ ਕਲਗੀਆਂ ਵਾਲੇ ਅੰਮ੍ਰਿਤ ਛਕਾਉਂਦੇ ਨੇ ਪੰਜ ਚੂੜੇ ਸੀਸ ਵਿੱਚ, ਪੰਜ ਚੂੜੇ ਨੇਤਰਾਂ ਵਿੱਚ, ਪੰਜ ਚੂੜੇ ਮੁੱਖ ਵਿੱਚ। ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਪੰਜ ਚੂੜੇ ਸੀਸ ਵਿੱਚ, ਪੰਜ ਚੂੜੇ ਨੇਤਰਾਂ ਵਿੱਚ, ਪੰਜ ਚੂੜੇ ਮੁੱਖ ਵਿੱਚ। ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦਾ ਪੰਜਾਂ ਨੂੰ ਮਾਰਨ ਨਹੀਂ ਤਾਂ ਅੰਮ੍ਰਿਤ ਅੰਮ੍ਰਿਤ ਛਕਾ ਦਿੱਤਾ, ਅੰਮ੍ਰਿਤ ਛਕਾ ਦਿੱਤਾ ਨਾ ਕਲਗੀਆਂ ਵਾਲੇ ਨੇ, ਬਾਜਾਂ ਵਾਲਿਆਂ ਨੇ, ਸਤਿਗੁਰਾਂ ਨੇ ਅੰਮ੍ਰਿਤ ਛਕਾ ਦਿੱਤਾ। ਤੇ ਹੁਣ ਦਇਆ ਰਾਮ ਖੱਤਰੀ ਨਹੀਂ, ਧਰਮ ਚੰਦ ਨਹੀਂ, ਹਿੰਮਤ ਰਾਏ ਨਹੀਂ, ਮੋਹਕਮ ਚੰਦ ਨਹੀਂ, ਸਾਹਿਬ ਚੰਦ ਨਹੀਂ, ਹੁਣ ਕੀ ਬਣੇ? ਅੰਮ੍ਰਿਤ ਛਕ ਲਿਆ ਭਾਈ ਦਇਆ ਸਿੰਘ ਬਣੇ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ। ਗੁਰੂ ਸਾਹਿਬ ਨੇ ਸਿੰਘ ਬਣਾਏ, ਸਿੰਘ ਅੰਮ੍ਰਿਤ ਛਕਾਇਆ ਤੇ ਸਿੰਘ ਬਣੇ, ਏਦਾਂ ਅੰਮ੍ਰਿਤ ਛਕਾਇਆ ਸਿੰਘ ਬਣ ਗਏ। ਕਹਿੰਦੇ ਫਿਰ ਕਲਗੀਆਂ ਵਾਲਿਆਂ ਨੇ ਆਪ ਅੰਮ੍ਰਿਤ ਦੀ ਦਾਤ ਮੰਗੀ, ਆਪ ਅੰਮ੍ਰਿਤ ਦੀ ਦਾਤ ਮੰਗਦੇ ਨੇ ਗੁਰੂ ਸਾਹਿਬ, ਖਾਲਸਾ ਜੀ ਸਾਨੂੰ ਵੀ ਅੰਮ੍ਰਿਤ ਦੀ ਦਾਤ ਦਿਓ, ਸਾਨੂੰ ਵੀ ਅੰਮ੍ਰਿਤ ਛਕਾਓ, ਸਾਨੂੰ ਵੀ ਅੰਮ੍ਰਿਤ ਦੀ ਦਾਤ ਦਿਓ। ਜਦੋਂ ਕਲਗੀਆਂ ਵਾਲੇ ਆਪ ਅੰਮ੍ਰਿਤ ਦੀ ਦਾਤ ਮੰਗਦੇ ਆ, ਕਹਿੰਦੇ ਫਿਰ ਪੰਜੇ ਸਿੰਘ ਕਹਿੰਦੇ ਆ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ। ਜਦੋਂ ਕਲਗੀਆਂ ਵਾਲਿਆਂ ਨੇ ਅੰਮ੍ਰਿਤ ਦੀ ਦਾਤ ਮੰਗੀ, ਪੰਜੇ ਕਹਿੰਦੇ ਆ, ਕਹਿੰਦੇ ਦਾਦਾ ਜੀ
ਤੁਸੀਂ ਸਾਨੂੰ ਅੰਮ੍ਰਿਤ ਛਕਾਇਆ, ਤੁਸੀਂ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਅਸੀਂ ਅੰਮ੍ਰਿਤ ਦੇ ਬਦਲੇ ਆਪਣੇ ਸੀਸ ਦਿੱਤੇ, ਤੁਸੀਂ ਕੀ ਦਿਓਗੇ? ਤੁਸੀਂ ਤੇ ਸਾਨੂੰ ਅੰਮ੍ਰਿਤ ਛਕਾਇਆ, ਅੰਮ੍ਰਿਤ ਦੀ ਦਾਤ ਦਿੱਤੀ ਦਾਦਾ ਜੀ, ਤੇ ਤੁਸੀਂ ਸਾਨੂੰ ਕੀ ਦਿਓਗੇ ਅੰਮ੍ਰਿਤ ਬਦਲੇ? ਕਲਗੀਆਂ ਵਾਲੇ ਕਹਿੰਦੇ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ, ਕਹਿੰਦੇ ਜੇ ਕਹਿੰਦੇ ਹੋ ਤੇ ਮੈਂ ਵੀ ਆਪਣਾ ਸੀਸ ਦੇ ਦਿੰਦਾ। ਸੁਣਿਓ, ਕਲਗੀਆਂ ਵਾਲੇ ਕਹਿੰਦੇ ਜੇ ਕਹਿੰਦੇ ਹੋ ਤੇ ਮੈਂ ਵੀ ਆਪਣਾ ਸੀਸ ਦੇ ਦਿੰਦਾ। ਕਹਿੰਦੇ ਸਿੰਘ ਕਹਿੰਦੇ ਪੰਜੇ, ਕਹਿੰਦੇ ਮਹਾਰਾਜ ਸਿੱਖ ਵੀ ਸੀਸ ਦੇਵੇ ਤੇ ਗੁਰੂ ਵੀ ਸੀਸ ਦੇਵੇ ਗੱਲ ਜਾਂਦੀ। ਸਿੱਖ ਵੀ ਸੀਸ ਦਿੰਦਾ ਹੈ ਤੇ ਗੁਰੂ ਵੀ ਸੀਸ ਦਿੰਦਾ, ਮਹਾਰਾਜ ਤੇ ਗੱਲ ਨਹੀਂ ਬਣੀ। ਮਹਾਰਾਜ ਕਹਿੰਦੇ ਅੱਛਾ, ਮਹਾਰਾਜ ਕਹਿੰਦੇ ਖਾਲਸਾ ਜੀ ਜੇ ਕਹਿੰਦੇ ਹੋ, ਕਹਿੰਦੇ ਆਪਣਾ ਸਾਰਾ ਸਰਬੰਸ ਹੀ ਲਗਾ ਦੇ। ਆਪਣਾ ਸਾਰਾ ਸਰਬੰਸ ਹੀ ਲੁਟਾ ਦਿਆਂਗਾ, ਸਾਰਾ ਸਰਬੰਸ। ਜਦੋਂ ਏਦਾਂ ਕਿਹਾ ਸਾਰਾ ਸਰਬੰਸ ਲੁਟਾ ਦਾ, ਕਹਿੰਦੇ ਫਿਰ ਫਿਰ ਮਾਰਨ ਉਮਦ ਅੰਮ੍ਰਿਤ ਦੀ ਦਾਤ। ਅੰਮ੍ਰਿਤ ਛਕ ਲਿਆ ਗੁਰੂ ਸਾਹਿਬ ਨੇ, ਕਲਗੀਆਂ ਵਾਲਿਆਂ ਨੇ ਅੰਮ੍ਰਿਤ ਛਕ ਲਿਆ ਗੋਬਿੰਦ ਰਾਏ, ਹੁਣ ਕੀ ਗੁਰੂ ਗੋਬਿੰਦ ਸਿੰਘ ਬਣੇ। ਗੁਰੂ ਗੋਬਿੰਦ ਸਿੰਘ ਪੜ੍ਹਦੇ ਨੇ ਨਾ, ਪੜ੍ਹਦੇ ਹਨ, ਪੀਵੋ ਪੋਹਲ ਖੰਡ ਧਾਰ ਹੋਏ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਵੀ ਹੈ ਤੇ ਚੇਲਾ, ਗੁਰੂ ਵੀ ਹੈ ਤੇ ਚੇਲਾ ਵੀ ਹੈ, ਆਪੇ ਗੁਰੂ ਤੇ ਆਪੇ ਬਾਜਾਂ ਵਾਲਾ ਮਾਹੀ। ਏਦਾਂ ਮਹਾਰਾਜ ਨੇ ਅੰਮ੍ਰਿਤ ਛਕਾਇਆ ਤੇ ਆਪ ਵੀ ਛਕਿਆ, ਸੋ ਆਪਾਂ ਵੀ ਛਕਣਾ ਹੈ, ਤਿਆਰੀਆਂ ਕਰੀਏ, ਆਪਾਂ ਛਕਣਾ ਹੈ, ਆਪਾਂ ਜ਼ਰੂਰ ਅੰਮ੍ਰਿਤ ਤੋਂ ਵਾਂਝੇ ਨਹੀਂ ਰਹਿਣਾ, ਅੰਮ੍ਰਿਤ ਜ਼ਰੂਰ ਛਕਣਾ, ਗੁਰੂ ਸਾਹਿਬ ਦੇ ਲੜ ਲੱਗਣਾ ਹੈ, ਗੁਰੂ ਸਾਹਿਬ ਦੇ ਧੀਆਂ ਪੁੱਤਰ ਬਣਨਾ ਹੈ, ਗੁਰੂ ਜੀ ਦੇ ਬਚਨਾਂ ਨੂੰ ਮੰਨਣਾ, ਗੁਰੂ ਸਾਹਿਬ ਦੀ ਸੇਵ, ਗੁਰੂ ਸਾਹਿਬ ਦੇ ਪਰਉਪਕਾਰਾਂ ਦੇ ਉੱਤੇ ਤੁਰਨਾ, ਡਟ ਕੇ ਪਹਿਰਾ ਦੇਣਾ, ਗੁਰੂ ਸਾਹਿਬ ਦੇ ਧੀਆਂ ਪੁੱਤਰ ਬਣ ਕੇ ਗੁਰੂ ਘਰ ਦੇ ਸੇਵਾਦਾਰ ਬਣ ਕੇ। ਸੋ ਹੁਣ ਖਾਲਸੇ ਦਾ ਜਨਮ ਦਿਹਾੜਾ ਆਉਣਾ ਹੈ ਤੇ ਪੂਰੇ ਆਲ ਵਰਲਡ ਵਿੱਚ ਮਨਾਇਆ ਜਾਣਾ, ਪੂਰੇ ਆਲ ਵਰਲਡ ਵਿੱਚ ਪੂਰੀ ਦੁਨੀਆਂ 'ਚ ਮਨਾਇਆ ਜਾਣਾ ਅੱਜ ਖਾਲਸੇ ਦਾ ਜਨਮ ਦਿਹਾੜਾ, ਖਾਲਸੇ ਮਨਾਉਣ ਰਲ ਕੇ ਪੂਰੀ ਦੁਨੀਆਂ ਵਿੱਚ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਜਾਣਾ, ਸਭ ਨੇ ਮਨਾਉਣਾ, ਜਿੰਨਾ ਤੇਰ ਪ੍ਰੇਮ ਪਿਆਰ ਸਭ ਨੇ ਮਨਾਉਣਾ। ਸੋ ਆਓ ਆਪਾਂ ਵੀ ਛਕੀਏ ਭਾਈ, ਆਪੇ ਗੁਰੂ ਤੇ ਆਪੇ ਚੇਲਾ,
वाह वाह गोबिंद सिंह आपे गुरु जेला 13 अप्रैल 1699 की विसाखी को धन गुरु गोबिंद सिंह साहब सच्चे पातशाह ने खालसे उदू बाद हर संग्रांत के दिहाड़े क्योंकि संगत ने कहना महाराज सानू भी अमृत की गलात दो सानू भी जगाओ हर संग्रांत के दिहाड़े तो फिर महाराज आनंदपुर साहब की धरती से अमृत अमृत छकाउणा महाराज ने सो आओ आपां भी अमृत छकीए गुरु वाले बनीए ठंडे बाटे की कौल छक के धन गुरु ग्रंथ साहब महाराज के चरणों नाल जुड़ के गुरु साहब दे तियां ते पुत्र बनीए जिहड़ा अमृत छक लैंदा बाणी बाणी नाल जुड़ जाता है ओहदा ही जीवन सफल है सत संगत करिए तन मन धन नाल सेवा करिए प्रेम प्यार तां मन विच साडे पैदा होवेगा ਤਾਂ ਹੰਕਾਰ ਦਾ ਨਾਸ਼ ਹੋਣਾ ਹੈ ਤਾਂ ਅੰਦਰ ਦੇ ਜਿਹੜੇ ਵਿਕਾਰ ਨੇ ਉਹ ਤਾਂ ਨਿਕਲੇ ਨੇ ਜੇ ਆਪਾਂ ਸਤ ਸੰਗਤ ਕਰਾਂਗੇ ਗੁਰੂ ਜੀ ਦੀ ਬਾਣੀ ਨੂੰ ਸੁਣਾਂਗੇ ਤਨ ਮਨ ਧਨ ਨਾਲ ਸੇਵਾ ਕਰਾਂਗੇ ਸੇਵਾ ਕਰਤ ਹੋਏ ਨਹਿਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਤਿਸ ਲਾਏ ਮਨ ਜਦਿਆ ਫਲ ਪਾਵਣਾ ਹੋ ਮੈਂ ਵਿਚੋਂ ਜਾਏ ਸੋ ਅਰਦਾਸ ਹੈ ਗੁਰੂ ਸਾਹਿਬ ਅੱਗੇ ਸਤਿਗੁਰੂ ਸਭ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਸਭ ਨੂੰ ਨਾਮ ਦੀ ਦਾਤ ਤੁਹਾਨੂੰ ਵੀ ਸਾਨੂੰ ਵੀ ਨਾਮ ਦੀ ਦਾਤ ਗੁਰੂ ਸਾਹਿਬ ਬਖਸ਼ਿਸ਼ ਕਰਨ ਸੇਵਾ ਦੀ ਦਾਤ ਬਖਸ਼ਿਸ਼ ਕਰਨ ਜਿੰਨੀਆਂ ਸੰਗਤਾਂ ਆਈਆਂ ਨੇ ਸਤਿਗੁਰੂ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਮੇਰੇ ਕੋਲੋਂ ਬੋਲਦਿਆਂ ਹੁਣ ਤੱਕ ਕਈ ਭੁੱਲਾਂ ਹੋ ਗਈਆਂ ਹੋ ਜਾਂਦੀਆਂ ਨੇ ਜੀ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕਰ ਮੈਨੂੰ ਮਾਫ ਕਰ ਲਿਓ ਅਰਦਾਸ ਕਰਿਓ ਕਿ ਚੜ੍ਹਦੀ ਕਲਾ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਇੱਦਾਂ ਹੀ ਦਰਸ਼ਨ ਕਰਦੇ ਰਹੀਏ ਸਤਿਗੁਰੂ ਦੀ ਗੁਰਸਿੱਖੀ ਦਾ ਪ੍ਰਚਾਰ ਚੜ੍ਹਦੀ ਕਲਾ ਨਾਲ ਕਰ ਸਕੀਏ ਤੇ ਸਾਡੀ ਵੀ ਤੁਸੀਂ ਅਰਦਾਸ ਕਰਿਓ ਸੋ ਸਾਨੂੰ ਮਹਾਰਾਜ ਕਿਰਪਾ ਕਰਨ ਸਭ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ ਸਭ ਨੂੰ ਚੜ੍ਹਦੀਆਂ ਕਲਾ ਕਰਨ ਗੁਰੂ ਸਾਹਿਬ ਆਪਣੇ ਨਾਮ ਨਾਲ ਜੋੜਨ ਆਪਣੇ ਚਰਨਾਂ ਨਾਲ ਜੋੜਨ ਇਹ ਹੋਰ ਅਰਦਾਸ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜੋ ਬੜੇ ਪ੍ਰੇਮ ਨਾਲ ਬੜੇ ਪਿਆਰ ਨਾਲ ਹੁਣ ਤੱਕ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਵੱਡੀ ਗਿਣਤੀ ਵਿੱਚ ਜੁੜੇ ਹੋ ਹਾਜ਼ਰੀਆਂ ਭਰੀਆਂ ਨੇ ਸਾਰੀਆਂ ਸੰਗਤਾਂ ਨੇ ਸਤਿਗੁਰੂ ਸਭ ਦੀ ਹਾਜ਼ਰੀ ਪਰ ਪਰਵਾਨ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਉ ਆਇਆ ਸਭ ਪ੍ਰਬੰਧਕਾਂ ਦਾ ਸਭ ਸੇਵਾਦਾਰਾਂ ਦਾ ਧੰਨਵਾਦ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਉਹ ਪਠਾਨਕੋਟ ਸ਼ੁਕਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਕਿਰਪਾ ਕੀਤੀ ਹੈ ਸਾਨੂੰ ਆਪਣੇ ਚਰਨਾਂ ਵਿੱਚ ਬਹਿਣ ਦਾ ਬੜਾ ਸੁਭਾਗਾ ਬੜਾ ਸੁਹਾਵਣਾ ਬੜਾ ਕਰਮਾਂ ਵਾਲਾ ਸਮਾਂ ਗੁਰੂ ਸਾਹਿਬ ਨੇ ਬਖਸ਼ਿਆ ਸੋ ਸਤਿਗੁਰੂ ਇਸੇ ਤਰ੍ਹਾਂ ਬਖਸ਼ਦੇ ਰਹਿਣ ਆਸ਼ੀਰਵਾਦ ਬ੍ਰਹਮ ਗਿਆਨੀ ਸਤਖੰਡ ਵਾਸੀ ਸੰਤ ਮਹਾਰਾਜ ਸੰਤ ਅਜੀਤ ਸਿੰਘ ਜੀ ਮੌਜੂਦਾ ਮਹਾਂਪੁਰਸ਼ ਬਾਬਾ ਕਰਮ ਸਿੰਘ ਜੀ ਜਨਮ ਭੂਮੀ ਨਥਮਲਪੁਰ ਨੇੜੇ ਮੁਰਿੰਡਾ ਰੋਪੜ ਉਹਨਾਂ ਨੂੰ ਉਹਨਾਂ ਦੀ ਕਿਰਪਾ ਸਦਕਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪ ਗੁਰੂ ਸਿੰਘ ਸੰਗਤਾਂ ਦੇ ਦਰਸ਼ਨ ਦਦਾਰ ਕਰ ਰਹੇ ਹਾਂ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਕਰਵਾਉਂਦੇ ਰਹਿਣ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਕਈ ਸੰਗਤਾਂ ਪੁੱਛਦੀਆਂ ਨੇ ਬਾਬਾ ਜੀ ਤੁਸੀਂ ਕਿੱਥੋਂ ਆਏ ਹੋ ਕਿੱਥੇ ਰਹਿਣ ਵਾਲੇ ਹੋ ਸਹੇੜੀ ਨਗਰ ਬੱਬੂ ਬ੍ਰਾਹਮਣ ਦੀ ਸਹੇੜੀ ਗੰਗੂ ਬ੍ਰਾਹਮਣ ਧਿਆਨ ਨਾਲ ਹੁਣ ਸੁਣ ਲਏ ਜਿਹਨਾਂ ਨੂੰ ਨਹੀਂ ਪਤਾ ਗੰਗੂ ਬ੍ਰਾਹਮਣ ਦੀ ਸਹੇੜੀ ਹੈ ਗੰਗੂ ਬ੍ਰਾਹਮਣ ਜਦੋਂ ਮਾਤਾ ਗੁਜਰੀ ਜੀ ਨੂੰ ਸਾਹਿਬਜ਼ਾਦਿਆਂ ਨੂੰ ਜਦੋਂ ਨਾਲ ਲੈ ਕੇ ਆਪਣੇ ਘਰ ਲੈ ਕੇ ਆਇਆ ਸੀ ਰਾਤ ਨੂੰ ਜਦੋਂ ਮੋਹਰਾਂ ਚੁਰਾ ਕੇ ਮਾਇਆ ਚੁਰਾ ਕੇ ਉਹਨੇ ਜਿਹੜੀ ਜਗ੍ਹਾ 'ਤੇ ਮਾਇਆ ਛੁਪਾਈ ਸੀ ਇਤਿਹਾਸਕ ਸਥਾਨ ਗੁਰਦੁਆਰਾ ਗੁਪਤ ਖਜ਼ਾਨਾ ਗੋਬਿੰਦ ਸਾਗਰ ਸਾਹਿਬ ਤੁਹਾਡੀਆਂ ਮਿਹਰਾਂ ਸਦਕਾ ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਗੁਰਦੁਆਰਾ ਗੁਪਤ ਖਜ਼ਾਨਾ ਜਿੱਥੇ ਉਹਨੇ ਮਾਇਆ ਛੁਪਾਈ ਜਾਂਦੀ ਗੁਰਦੁਆਰਾ ਗੁਪਤ ਖਜ਼ਾਨਾ ਗੋਬਿੰਦ ਸਾਗਰ ਸਾਹਿਬ ਸਹੇੜੀ ਉਸ ਸਥਾਨ 'ਤੇ ਤੁਹਾਡੀ ਕਿਰਪਾ ਸਦਕਾ ਸੇਵਾਵਾਂ ਨਿਭਾ ਰਹੇ ਹਾਂ ਹਰ ਮਹੀਨੇ ਦੀ 13 ਤਰੀਕ ਨੂੰ ਗੁਰਮਤਿ ਸਮਾਗਮ ਹੁੰਦਾ ਹੈ ਉਸ ਸਥਾਨ 'ਤੇ ਹਰ ਮਹੀਨੇ ਦੀ 13 ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕਰਕੇ ਸ਼ਾਮ 4 ਵਜੇ ਤੱਕ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਗੁਰਮਤਿ ਸਮਾਗਮ ਹੁੰਦਾ ਹੈ ਸੋ ਸਮਾਂ ਲੱਗੇ ਆਪ ਜੀ ਨੇ ਉੱਥੇ ਦਰਸ਼ਨ ਦੇਣੇ ਹਾਜ਼ਰੀ ਭਰਨੀ ਹਰ ਮਹੀਨੇ ਦੀ 13 ਤਰੀਕ ਹੋਰਾਂ ਨੂੰ ਵੀ ਪ੍ਰੇਰ ਕੇ ਨਾਲ ਲੈ ਕੇ ਆਇਓ
ਵੱਧ ਚੜ ਕੇ ਹਾਜ਼ਰੀਆਂ ਭਰਿਓ ਪ੍ਰੇਮ ਨਾਲ ਪਿਆਰ ਨਾਲ ਹੁਣ ਤੱਕ ਜੁੜਿਓ ਸਾਰੀਆਂ ਸੰਗਤਾਂ ਦਾ ਧੰਨਵਾਦ ਸੋ ਜਿਹੜੀਆਂ ਬੇਨਤੀਆਂ ਕੋਈ ਤੁਹਾਨੂੰ ਗੱਲ ਲੱਗਦੀ ਹੈ ਇਹ ਗੁਰਮਤਿ ਤੋਂ ਬਾਹਰੀ ਗੱਲ ਕੀਤੀ ਤਾਂ ਮੈਨੂੰ ਮਾਫ਼ ਕਰੋ ਪਰ ਜਿਹੜੀ ਗੱਲ ਗੁਰੂ ਨਾਲ ਮਿਲਦੀ ਹੈ ਤੁਹਾਨੂੰ ਲੱਗਦਾ ਵੀ ਗੁਰੂ ਨਾਲ ਮਿਲਦੀ ਗੱਲ ਉਹਨੂੰ ਜ਼ਰੂਰ ਮੰਨਿਓ ਸਾਰੀਆਂ ਸੰਗਤਾਂ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ ਵਿੱਚ ਅਰਦਾਸ ਵਿੱਚ ਸ਼ਾਮਲ ਹੋਈਏ ਹੁਕਮਨਾਮੇ ਸੁਣ ਕੇ ਸਤਿਗੁਰੂ ਅੱਗੇ ਅੱਗੇ ਜਾਣਗੇ ਆਪਾਂ ਪਿੱਛੇ ਪਿੱਛੇ ਚਾਲਾ ਪਾਉਣਾ ਜਿਹੜੇ ਹੁਣ ਤੱਕ ਨਹੀਂ ਬੋਲੇ ਸਭ ਕਿਰਪਾ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ